ਹੋਈ ਮਾਟੀ ਕਾਕਿਆ ਧੋਪੈ ਸੁਆਮੀ ਮਾਨਸ ਕੀ ਗੱਤ ਹੋਈ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੀ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੀ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾ ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਖੋਬਤ ਜੀਓ ਮਾਨ ਮਹਤ ਨਾ ਸ਼ਕਤੀ ਕਾਈ ਸਾਧਾਂ ਦਾਸੀ ਥੀਓ ਨਾਨਕ ਸੇ ਦਰ ਸ਼ੋਭਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੌਰੀ ਚਿੱਤ ਭਰਮ ਸਖੀਏ ਮਿਰਗ ਤ੍ਰਿਸ਼ਨਾ ਦਰਮਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਅੰਮ੍ਰਿਤ ਬਾਣੀ ਦੇ ਕੀਰਤਨ ਰਾਹੀਂ ਆਪਣੇ ਮਨ ਨੂੰ ਸੁੱਖਾਂ ਦੀਆਂ ਲੋਰੀਆਂ ਦੇ ਰਹੇ ਸਾਂ ਬੜੇ ਪਿਆਰ ਵਿੱਚ ਭਿੱਜ ਕੇ ਗੁਰਮੁਖ ਪਿਆਰੇ ਭਾਈ ਨਵਜੀਤ ਸਿੰਘ ਜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਾਨੂੰ ਸਰਵਣ ਕਰਵਾ ਰਹੇ ਸਨ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ ਰਾਤ ਦਿਵਸ ਕੈ ਕੂਕਨੈ ਕਭੂ ਕਿਸੋ ਨੇ ਪੁਕਾਰ ਸਾਹਿਬ ਕਿਰਪਾ ਕਰੇ ਉਹਨਾਂ ਨੂੰ ਹੋਰ ਚਰਨਾਂ ਦੀ ਨੇੜਤਾ ਬਖਸ਼ੇ ਹੋਰ ਚੰਗੀ ਤਰ੍ਹਾਂ ਗੁਰੂ ਚਰਨਾਂ ਵਿੱਚ ਜੁੜ ਕੇ ਕੀਰਤਨ ਕਰ ਸਕਣ ਆਪਾਂ ਵੀ ਸੁਣ ਕੇ ਆਪਣੇ ਜੀਵਨ ਵਿੱਚ ਕਮਾ ਸਕੀਏ ਵਿਚਾਰ ਦੀ ਆਰੰਭਤਾ ਸਤਿਗੁਰੂ ਜੀ ਸਾਨੂੰ ਹਰ ਰੋਜ਼ ਹਰੇਕ ਸ਼ਬਦ ਵਿੱਚ ਜੀਵਨ ਨੂੰ ਸੁਖੀ ਅਤੇ ਸਫਲ ਕਰਨ ਦੀ ਜਾਚ ਸਿਖਾਉਂਦੇ ਨੇ ਦੋ ਚੀਜ਼ਾਂ ਸਿਖਾਉਂਦੇ ਨੇ ਤਾਂ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਇਸ ਜਨਮ ਦਾ ਪਤਾ ਲੱਗ ਜਾਏ ਇੱਕ ਗੱਲ ਹੋਰ ਸਮਝ ਲਈਏ ਜਿਤਨੀਆਂ ਵੀ ਕਾਇਨਾਤ ਪਰਮੇਸ਼ਰ ਨੇ ਜੀਵ ਜੰਤ ਪੈਦਾ ਕੀਤੇ ਨੇ ਉਹਨਾਂ ਦੀ ਇੱਕ ਲਿਮਿਟ ਬਣਾ ਦਿੱਤੀ ਰੱਬ ਨੇ ਆਪੇ ਉਹਨਾਂ ਨੂੰ ਆਪੇ ਇੱਕ ਹੱਦਬੰਦੀ ਬਣਾ ਦਿੱਤੀ ਜਿਹੜੇ ਪਸ਼ੂ ਪੰਛੀ ਨੇ ਉਸੇ ਵਿੱਚ ਹੀ ਜੀਉਂਦੇ ਨੇ
ਉਹ ਇਤਰਾਜ਼ ਨਹੀਂ ਕਰਦੇ। ਮਨੁੱਖ ਝੁੱਗੀਆਂ ਤੋਂ ਉੱਠ ਕੇ ਮਹਿਲਾਂ ਤੱਕ ਪਹੁੰਚ ਗਿਆ, ਧਰਤੀ 'ਤੇ ਤੁਰਨ ਵਾਲਾ ਆਕਾਸ਼ ਦੀਆਂ ਉਡਾਰੀਆਂ ਲਾਉਂਦਾ ਹੈ। ਹਰ ਪੱਖ ਤੋਂ ਇਹਨੇ ਆਪਣੇ ਆਪ ਨੂੰ ਤਰੱਕੀ ਕਰ ਲਈ, ਹਰ ਪੱਖ ਤੋਂ। ਸਦੀਆਂ ਬੀਤ ਗਈਆਂ, ਮੱਛੀ ਨੂੰ ਪਾਣੀ ਵਿੱਚ ਰਹਿੰਦੀਆਂ, ਪਰ ਕੋਈ ਕਦੇ ਇਤਰਾਜ਼ ਨਹੀਂ ਕੀਤਾ। ਸਦੀਆਂ ਬੀਤ ਗਈਆਂ, ਉਹਨਾਂ ਨੂੰ ਉਹੀ ਖੁਰਾਕ ਖਾਂਦੇ ਆ, ਪਰ ਉਹ ਜਿਵੇਂ ਕਿਵੇਂ ਨੇ ਆਪਣਾ ਉਹਦੇ ਵਿੱਚ ਨਿਰਵਾਹ ਕਰਦੇ ਨੇ। ਜੋ ਕੁਝ ਉਹਨਾਂ ਨੂੰ ਮਿਲਿਆ ਉਹ ਉਸੇ ਵਿੱਚ ਹੀ ਖੁਸ਼ ਨੇ। ਪਰ ਮਨੁੱਖ ਸਿੱਕਦਾਰ ਹੈ, ਧਰਤੀ ਦਾ ਸਿੱਕਦਾਰ ਹੈ, ਇਹ ਚੌਧਰੀ ਹੈ, ਇਹ ਸਭ ਤੋਂ ਉੱਤਮ ਜਾਮਾ ਇਹਦੇ ਕੋਲ ਹੈ। ਇਸ ਗੱਲ ਕਰਕੇ ਤੇ ਮਨੁੱਖ ਦੇ ਕੋਲ ਸੁੱਖ ਸਹੂਲਤਾਂ ਵੀ ਨੇ। ਮਨੁੱਖ ਦੇ ਉੱਤੇ ਰੱਬ ਨੇ ਲਿਮਿਟ ਵੀ ਕੋਈ ਨਹੀਂ ਲਾਈ, ਪਾਬੰਦੀ ਵੀ ਕੋਈ ਨਹੀਂ ਲਾਈ। ਇੱਕ ਇਕੱਲਾ ਦੁੱਧ ਹੀ ਹੈ, ਦੇਖੋ ਉਹਨੂੰ ਹਜ਼ਾਰਾਂ ਤਰੀਕਿਆਂ 'ਚ ਮਨੁੱਖ ਵਰਤਦਾ ਹੈ। ਬਾਕੀ ਪਸ਼ੂ ਪੰਛੀਆਂ ਕੋਲ ਦੁੱਧ ਹੈ ਤਾਂ ਕੇਵਲ ਦੁੱਧ ਹੈ, ਪਰ ਇਹ ਦੁੱਧ ਤੋਂ ਮਠਿਆਈਆਂ ਬਣਾ ਲੈਂਦਾ, ਦੁੱਧ ਤੋਂ ਕਿੰਨੇ ਪਦਾਰਥ ਖਾਣ ਵਾਲੇ ਬਣਾਉਂਦਾ ਆਪਣੀ ਮਨਮਰਜ਼ੀ। ਰੱਬ ਨੇ ਤੇ ਪਾਬੰਦੀ ਨਹੀਂ ਲਾਈ ਵੀ ਤੁਸੀਂ ਜਿਹੜੇ ਮਰਜ਼ੀ ਰਸ ਮਾਣੋ, ਪਰ ਇਸ ਪਾਬੰਦੀ ਦਾ ਇਹਨੇ ਨਜਾਇਜ਼ ਫਾਇਦਾ ਕੀ ਉਠਾਇਆ? ਇਹ ਮਸਤੀ ਰਸਾਂ ਕਸਾਂ 'ਚ ਹੋ ਗਿਆ, ਇਹ ਮਕਸਦ ਹੀ ਭੁੱਲ ਗਿਆ ਵੀ ਮੇਰਾ ਮਕਸਦ ਕੀ ਹੈ। ਇਹਨੇ ਇਸੇ ਚੀਜ਼ ਦਾ ਨਵ ਜੀਵਨ ਰੱਖ ਲਿਆ। ਸਿਰਫ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਣ ਵਿੱਚ, ਤਰ੍ਹਾਂ ਤਰ੍ਹਾਂ ਦੇ ਪਹਿਨਣ ਵਿੱਚ, ਤਰ੍ਹਾਂ ਤਰ੍ਹਾਂ ਦੇ ਜੀਵਨ ਦੇ ਇਹਨਾਂ ਰਸਾਂ ਕਸਾਂ ਦੀ ਅਧੀਨ ਹੋ ਗਿਆ। ਔਰ ਅਗਲੀ ਗੱਲ ਇਹ ਹੈ ਵੀ ਮਨੁੱਖ ਦੀ ਸੋਚ ਇਆਣੀ ਹੋਣ ਕਰਕੇ ਇਹਨੂੰ ਰਸਾਂ ਦਾ ਵੀ ਪਤਾ ਨਹੀਂ ਹੈ। ਜਿਹੜੇ ਰਸ ਇਹਨੂੰ ਤਬਾਹ ਕਰਦੇ ਨੇ ਇਹਨੂੰ ਚੰਗੇ ਲੱਗਦੇ ਨੇ, ਜਿਹੜੇ ਰਸ ਇਹਨੂੰ ਚੰਗਾ ਇਨਸਾਨ ਬਣਾਉਂਦੇ ਨੇ ਉਹ ਇਹਨੂੰ ਬੁਰੇ ਲੱਗਦੇ ਨੇ। ਵੱਡੀ ਮੁਸ਼ਕਲ ਇਹ ਵੀ ਬਣ ਗਈ। ਹੁਣ ਗੁਰਦੇਵ ਸੱਚੇ ਪਾਤਸ਼ਾਹ ਨੇ ਅੱਜ ਬੜੀ ਪਿਆਰੀ ਬਾਤ ਸਮਝਾਈ ਹੈ, ਉਸ ਤੋਂ ਵੀ ਪਹਿਲਾਂ ਮੈਂ ਨਿੱਕੀ ਜਿਹੀ ਗੱਲ ਕਰਾਂ। ਕੁਝ ਗੱਲਾਂ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸ਼ੁਰੂਆਤ ਵਿੱਚ ਇਹ ਗੱਲ ਲਿਖੀ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ, ਇੱਥੇ ਸੱਚ ਹੀ ਲਿਖਿਆ। ਜੇ ਇਹ ਗੱਲਾਂ ਸੱਚੀਆਂ ਨੇ, ਹੁਣ ਗੁਰੂ ਜੀ ਕਹਿੰਦੇ ਨੇ ਵੀ ਅੰਮ੍ਰਿਤ ਨਾਮ ਜਿਹੜਾ ਉਹ ਮਿੱਠਾ ਹੈ, ਪਰਮੇਸ਼ਰ ਦਾ ਨਾਮ ਮਿੱਠਾ ਹੈ, ਗੁਰਬਾਣੀ ਮਿੱਠੀ ਹੈ। ਸਵਾਲ ਖੜਾ ਫਿਰ ਸਾਨੂੰ ਕਿਉਂ ਨਹੀਂ ਮਿੱਠੀ ਲੱਗਦੀ? ਜੇ ਹੈ ਮਿੱਠੀ ਤਾਂ ਸਾਨੂੰ ਕਿਉਂ ਨਹੀਂ ਲੱਗਦੀ? ਹੁਣ ਦੋਨਾਂ 'ਚੋਂ ਇੱਕ ਤਾਂ ਕਿਤੇ ਨਾ ਕਿਤੇ ਤਾਂ ਕਮੀ ਹੈ, ਉਹਦੇ 'ਚ ਹੋ ਨਹੀਂ ਸਕਦੀ ਕਿਉਂਕਿ ਉਹ ਤਿਆਰ ਸੱਚ ਜੁਗਾ ਸੱਚ ਹੈ। ਫਿਰ ਬਾਕੀ ਤਾਂ ਆਪਾਂ ਹੀ ਬਚ ਗਏ, ਅਤੇ ਕਮੀ ਆਪਣੇ 'ਚ ਹੈ। ਇੱਕ ਕੋਈ ਚੀਜ਼ ਹੁੰਦੀ ਹੈ ਜਿਹੋ ਜਿਹੀ ਹੋਵੇ ਅਤੇ ਦੂਜੀ ਲੱਗਣੀ, ਇਹ ਦੋ ਵੱਖੋ ਵੱਖਰੀਆਂ ਅਵਸਥਾਵਾਂ ਨੇ। ਜਿਵੇਂ ਅੰਮ੍ਰਿਤ ਨਾਮ ਗੁਰਬਾਣੀ ਇਹ ਹੈ ਤਾਂ ਮਿੱਠੀ, ਪਰ ਸਾਨੂੰ ਮਿੱਠੀ ਲੱਗਦੀ ਨਹੀਂ। ਹੋਣਾ ਅਤੇ ਲੱਗਣਾ ਦੋ ਸ਼ਬਦ ਵੱਖੋ ਵੱਖਰੇ ਨੇ। ਛੋਟੀ ਜਿਹੀ ਉਦਾਹਰਨ ਦਿੰਦੇ ਹਾਂ, ਕਈ ਵਾਰੀ ਪੁਰਾਣੇ ਸਮੇਂ ਦੇ ਵਿੱਚ ਤਾਂ ਆਮ ਕਰਕੇ ਹੁੰਦਾ ਸੀ, ਅੱਜ ਸੁੱਖ ਸਹੂਲਤਾਂ ਬਹੁਤ ਵੱਧ ਗਈਆਂ ਨੇ, ਉਦੋਂ ਕਦੇ ਕਿਸੇ ਨੂੰ ਮਲੇਰੀਆ ਹੋਣਾ, ਬੁਖਾਰ ਹੋਣਾ ਬਹੁਤ ਡਟ ਕੇ, ਅਤੇ ਉਹਦੀ ਜ਼ੁਬਾਨ ਕੜਵੀ ਹੋ ਜਾਂਦੀ ਸੀ। ਹੁਣ ਕੌੜਾ ਮੂੰਹ ਹੋਇਆ ਅਤੇ ਵਾਰ ਵਾਰ ਬੇਨਤੀ ਕਰਦਾ ਵੀ ਮੈਨੂੰ ਕੁਛ ਇਹੋ ਜਿਹਾ ਦਿਓ ਮੇਰਾ ਮੂੰਹ ਦਾ ਟੇਸਟ ਬਦਲੇ, ਅਤੇ ਉਹਨੂੰ ਖੰਡ ਦਿੱਤੀ ਜਾਏ, ਉਹਨੂੰ ਮਿਸ਼ਰੀ ਦਿੱਤੀ ਜਾਏ, ਉਹਨੂੰ ਕੁਛ ਵੀ ਦਿੱਤਾ ਜਾਏ, ਉਹ ਕਹਿੰਦਾ ਨਹੀਂ ਇਹ ਕੌੜੀ ਹੈ, ਮੈਥੋਂ ਨਹੀਂ ਖਾ ਹੁੰਦੀ। ਹੁਣ ਹੈ ਤਾਂ ਉਹ ਕੌੜੀ ਨਹੀਂ, ਪਰ ਉਹਨੂੰ ਲੱਗਦੀ ਹੈ, ਉਹਨੂੰ ਲੱਗਦੀ। ਕਿਉਂ ਲੱਗਦੀ? ਕਿਉਂਕਿ ਉਹਦੇ 'ਚ ਕੋਈ ਨੁਕਸ ਹੈ, ਉਹਨੂੰ ਕੋਈ ਰੋਗ ਹੈ। ਸੱਚ ਕਰਕੇ ਜਾਣਿਓ, ਸਾਨੂੰ ਵੀ ਰੱਬ ਦਾ ਨਾਮ, ਸਾਨੂੰ ਵੀ ਗੁਰਬਾਣੀ, ਸਾਨੂੰ ਵੀ ਅੰਮ੍ਰਿਤ ਰਸੇ ਮਿੱਠੇ ਕਿਉਂ ਨਹੀਂ ਲੱਗਦੇ? ਕਿਉਂਕਿ ਕਿਤੇ ਨਾ ਕਿਤੇ ਸਾਡੇ 'ਚ ਕੋਈ ਨੁਕਸ ਹੈ, ਕੋਈ ਰੋਗ ਹੈ ਸਾਨੂੰ, ਜਿਹੜੀ ਅਸਲ ਗੱਲ ਸਮਝਣ ਵਾਲੀ ਹੈ। ਹੁਣ ਜਦੋਂ ਕੋਈ ਚੀਜ਼ ਹੋਵੇ ਮਿੱਠੀ ਪਰ ਮਿੱਠੀ ਲੱਗੇ ਨਾ, ਤਾਂ ਆਪਾਂ ਕੀ ਕਰਦੇ? ਡਾਕਟਰ ਕੋਲ ਜਾ ਕੇ ਇਲਾਜ ਕਰਵਾਉਂਦੇ। ਇਸੇ ਤਰ੍ਹਾਂ ਆਪਾਂ ਗੁਰੂ ਕੋਲ ਆਉਣਾ, ਗੁਰੂ ਕੋਲ ਆ ਕੇ ਇਲਾਜ ਕਰਵਾਉਣਾ, ਅਤੇ ਗੁਰੂ ਕੀ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਦਾ
ਔਖਤ ਮੁਕਦੇ ਵੈ ਕਾਟੇ ਜਮਕੀ ਫੰਦਰ ਤੇ ਸਾਡੇ ਨੁਕਸ਼ ਨੇ ਉਹ ਦੂਰ ਕਰ ਦਿੰਦੇ ਨੇ ਗੁਰੂ ਗੁਰੂ ਸਾਨੂੰ ਦੱਸ ਦਿੰਦੇ ਨੇ ਅੰਮ੍ਰਿਤ ਬਾਣੀ ਦਾ ਬਚਨ ਮੈਂ ਇੱਕ ਵਾਰੀ ਫਿਰ ਕਵਾਂ ਸਾਕਟ ਕੀ ਬਿਧ ਨੈਨੋ ਡੀਠੀ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਕਹਿੰਦੇ ਅਵਸਥਾ ਸਾਕਟ ਦੀ ਹੈ ਆਮ ਮਨੁੱਖ ਦੀ ਨਹੀਂ ਹੈ ਇਹਦਾ ਮਤਲਬ ਸਾਕਟ ਹੋਣ ਕਰਕੇ ਮੈਨੂੰ ਇਹ ਕੌੜੇ ਲੱਗਦੇ ਨੇ ਹੈ ਨਹੀਂ ਕੌੜੇ ਕੌੜੇ ਹੈ ਨਹੀਂ ਮੈਨੂੰ ਕੌੜੇ ਲੱਗਦੇ ਨੇ ਗੁਰਬਾਣੀ ਵਿੱਚੋਂ ਪੁੱਛ ਲਈ ਹੈ ਹਜ਼ੂਰ ਜੀ ਆਖਦੇ ਨੇ ਕਹਿੰਦੇ ਸਭੇ ਵਸਤੂ ਮਿੱਠੀਆਂ ਮਾਫ ਕਰ ਸਭੇ ਵਸਤੂ ਕੌੜੀਆਂ ਸੱਚੇ ਨੌ ਮਿੱਠਾ ਸਾਦ ਆਇਆ ਤਿਨ ਹਰਜਨਾ ਚੱਕ ਸਾਦੀ ਡਿੱਠਾ ਸਾਰੀਆਂ ਵਸਤੂਆਂ ਕੌੜੀਆਂ ਨੇ ਇੱਕ ਸੱਚੇ ਦਾ ਨਾਮ ਬਹੁਤ ਮਿੱਠਾ ਹੈ ਪਰ ਇਹ ਗੱਲ ਦਾ ਪਤਾ ਕਿਹਨੂੰ ਲੱਗਿਆ ਜਿਹੜੇ ਰੱਬ ਦੇ ਪਿਆਰ ਵਿੱਚ ਭਿੱਜ ਗਏ ਆਮ ਮਨੁੱਖ ਨੂੰ ਨਹੀਂ ਆਮ ਮਨੁੱਖ ਨੂੰ ਨਹੀਂ ਹੁਣ ਗੁਰਦੇਵ ਜੀ ਅੱਜ ਸਾਨੂੰ ਇੱਕ ਬਹੁਤ ਪਿਆਰਾ ਸੁਨੇਹਾ ਦਿੰਦੇ ਨੇ ਅਤੇ ਮੈਂ ਬੇਨਤੀ ਕਰਾਂਗਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਬੜੇ ਤਵੱਜੋ ਦੇ ਕੇ ਸਮਝਿਓ ਬੜੀ ਵੱਡੀ ਥਾਂ ਹੈ ਅੱਜ ਵਾਲੇ ਸ਼ਬਦ ਦੀ ਹਜ਼ੂਰ ਨੇ ਬਚਨ ਸਮਝਾਏ ਨੇ ਕਹਿਣ ਲੱਗੇ ਇੱਕ ਨੇ ਵਿਸ਼ੇ ਵਿਕਾਰਾਂ ਦੇ ਰਸ ਉਹ ਸਾਨੂੰ ਮਿੱਠੇ ਲੱਗਦੇ ਨੇ ਦੂਜਾ ਅੰਮ੍ਰਿਤਮਈ ਬਾਣੀ ਜਾਂ ਨਾਮ ਰਸ ਪਰ ਉਹ ਸਾਨੂੰ ਚੰਗਾ ਨਹੀਂ ਲੱਗਦਾ ਹਜ਼ੂਰ ਕਹਿੰਦੇ ਤੇਰੀ ਜ਼ਿੰਦਗੀ ਜਿਹੜੀ ਬਰਬਾਦ ਕਰਨੀ ਉਹ ਵਿਕਾਰਾਂ ਦੇ ਰਸ ਨੇ ਕਰਨੀ ਹੈ ਅੰਮ੍ਰਿਤ ਬਾਣੀ ਦੇ ਰਸ ਨੇ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਮਨਾ ਹੁਣ ਇਹਦੇ ਵਿਚਲਾ ਫਰਕ ਸਮਝਣਾ ਆਪਾਂ ਹਜ਼ੂਰ ਨੇ ਗੁਰਬਾਣੀ ਵਿੱਚ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ ਮਾਲਕ ਜੀ ਆਖਦੇ ਨੇ ਕਹਿੰਦੇ ਆਨ ਰਸਾਂ ਜੇਤੇ ਤੈਂ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾਤੂ ਚਾਖੇ ਸਾਦ ਚਾਖਤ ਹੋਏ ਰਹੇ ਬਿਸਮਾਦ ਜਿੰਨੇ ਰਸ ਤੂੰ ਅੱਜ ਤੱਕ ਚੱਖੇ ਨੇ ਮਨਾ ਤੂੰ ਦੱਸ ਤੂੰ ਤ੍ਰਿਪਤ ਹੋਇਆ ਕਦੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਤ੍ਰਿਪਤੀ ਨਹੀਂ ਮਿਲੀ ਤ੍ਰਿਸ਼ਨਾ ਨਹੀਂ ਬੁੱਝੀ ਹਰ ਰਸ ਕਾ ਤੂੰ ਚਾਖੇ ਸਾਧ ਜੇ ਕਿਤੇ ਨਾਮ ਰਸ ਨੂੰ ਤੂੰ ਚੱਖ ਲਵੇਂ ਚਾਖਤ ਹੋਏ ਰਹੇ ਬਿਸਮਾਦ ਹੈਰਾਨ ਹੋ ਜਾਏਗਾ ਵੀ ਇਤਨੀ ਵੱਡੀ ਤਾਕਤ ਇਸ ਰਸ ਵਿੱਚ ਫਿਰ ਬਚਨ ਸੁਣਿਆ ਜੇ ਹਰਾਰਾ ਰਸ ਨਿਰਸ ਕਰ ਜਾਂਦੇ ਹਾਂ ਹੋਏ ਨਿਰਸ ਸੋ ਰਸ ਪਹਿਚਾਨੇ ਹਾਂ ਇਹ ਰਸ ਛੋਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਕਹਿੰਦੇ ਕਦੇ ਮਨਾ ਤੂੰ ਉਸ ਰੱਬੀ ਰਸ ਨੂੰ ਮਾਣ ਕੇ ਤਾਂ ਦੇਖ ਜਦੋਂ ਇਹ ਰਸ ਛੱਡ ਕੇ ਉਸ ਰਸ ਨੂੰ ਮਾਣੇਗਾ ਉਹ ਰਸ ਇਤਨੇ ਪਿਆਰੇ ਨੇ ਇਹ ਸਾਰੇ ਰਸ ਭੁੱਲ ਜਾਣਗੇ ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਤ੍ਰਿਸ਼ਨਾ ਬਹੁਤ ਨਾ ਲੱਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਹੀ ਸਰੇ ਜਾਂ ਹਰ ਵਰਸੈ ਮਨ ਆਏ ਇੱਕ ਵਾਰੀ ਮੈਂ ਫਿਰ ਸਪਸ਼ਟ ਕਰਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿੰਨੀ ਨਿੰਦਾ ਸਾਨੂੰ ਕਿੱਡੀ ਪਿਆਰੀ ਲੱਗਦੀ ਹੈ ਕਿੱਡੀ ਚੰਗੀ ਲੱਗਦੀ ਮੈਂ ਅੱਜ ਤੱਕ ਨਹੀਂ ਕੋਈ ਵੇਖਿਆ ਜਿਹੜਾ ਨਿੰਦਾ ਨੂੰ ਧਿਆਨ ਨਾਲ ਨਾ ਸੁਣਦਾ ਹੋਵੇ ਬੜਾ ਰਸ ਲੈ ਕੇ ਸੁਣਦੇ ਹਾਂ ਆਪਾਂ ਕਿਉਂਕਿ ਤੇ ਸਾਡਾ ਖਾਸ ਧਿਆਨ ਹੈ ਸਾਡਾ ਮਨ ਵਿਕਾਰੀ ਰਸਾਂ ਵਿੱਚ ਬਹੁਤ ਲੱਗਿਆ ਹੋਇਆ ਹਜ਼ੂਰ ਆਖਦੇ ਨੇ ਕਹਿੰਦੇ ਕਿਤੇ ਨਾਮ ਰਸ ਦਾ ਧਾਰਨੀ ਹੋ ਜਾਏ ਸਾਹਿਬ ਦੀ ਬੰਦਗੀ ਦਾ ਸਾਹਿਬ ਦੇ ਅੰਮ੍ਰਿਤ ਬਚਨਾਂ ਦਾ ਸਾਹਿਬ ਦੇ ਰੱਬੀ ਗੁਣਾਂ ਦਾ ਧਾਰਨੀ ਹੋ ਜਾਏ ਦੁਨੀਆਂ ਦੇ ਵਿਕਾਰਾਂ ਵਾਲੇ ਪਾਸੇ ਸਾਡਾ ਜੀ ਨਹੀਂ ਕਰੇਗਾ ਉਹ ਮਨੁੱਖ ਨਹੀਂ ਨਿੰਦਾ ਕਰਦਾ ਉਹ ਮਨੁੱਖ ਨਹੀਂ ਨਿੰਦਾ ਕਰਦਾ ਜਿਹਦੇ ਅੰਤਰ ਆਤਮੇ ਰੱਬੀ ਰਸ ਆ ਜਾਏ ਪਰਮੇਸ਼ੁਰ ਦਾ ਰਸ ਆ ਜਾਏ ਉਹ ਕਹਿੰਦੇ ਮੈਨੂੰ ਨਹੀਂ ਲੋੜ ਤੁਸੀਂ ਅਕਸਰ ਦੇਖਿਆ ਹੋਵੇਗਾ
ਕਿਸੇ ਦੇ ਅੱਗੇ ਕੋਈ ਗੰਧ ਸੁੱਟ ਜਾਏ ਤੇ ਆਪਾਂ ਲੜਨ ਤੱਕ ਜਾਂਦੇ ਵੀ ਤੁਸੀਂ ਇਹ ਜ਼ੁਰਤ ਕਿਵੇਂ ਕੀਤੀ। ਆ ਕੰਨਾਂ ਦੇ ਵੀ ਤਾਂ ਦਰਵਾਜ਼ੇ ਨੇ, ਇਹਦੇ ਰਾਹੀਂ ਗਿਆਨ ਅੰਦਰ ਜਾਣਾ, ਤੇ ਸਾਡੇ ਕੰਨਾਂ ਦੇ ਦਰਵਾਜ਼ਿਆਂ ਰਾਹੀਂ ਕੋਈ ਕਿੰਨਾ ਹੀ ਗੰਧ ਸੁੱਟ ਜਾਏ ਅਸੀਂ ਕਦੇ ਨਹੀਂ ਲੜਦੇ, ਬਲਕਿ ਸ਼ੁਕਰ ਕਰਦੇ ਉਹਦਾ ਵੀ ਤੂੰ ਮੈਨੂੰ ਬੜੀ ਪਿਆਰੀ ਗੱਲ ਦੱਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ। ਇਹ ਕੰਨਾਂ ਦੇ ਵੀ ਦਰਵਾਜ਼ੇ ਨੇ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਜਿਤਨੇ ਵੀ ਰਸ ਕਸ ਨੇ ਸਾਡੀ ਜ਼ਿੰਦਗੀ ਦੇ, ਜਦੋਂ ਤੱਕ ਮਨੁੱਖ ਇਹਨਾਂ ਦਾ ਗੁਲਾਮ ਹੈ, ਜਦੋਂ ਤੱਕ ਮਨੁੱਖ ਇਹਨਾਂ ਦਾ ਗੁਲਾਮ ਹੈ, ਉਹਨਾਂ ਚਿਰ ਉਹ ਜੀਵਨ ਆਪਣਾ ਮੁਕਤ ਨਹੀਂ ਕਰ ਸਕਦਾ, ਆਪਣਾ ਜੀਵਨ ਉੱਚਾ ਨਹੀਂ ਚੁੱਕ ਸਕਦਾ। ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਅਸੀਂ ਗੁਲਾਮ ਹੈ। ਕਿੰਨਾ ਕੁ ਮਾਸ ਦਾ ਟੁਕੜਾ ਇੱਕ ਜੇਬਾ, ਕਿੰਨੀ ਕੁ ਮਾਸ ਦਾ ਟੁਕੜਾ ਨਿੱਕਾ ਜਿਹਾ, ਇਹਦੀ ਜ਼ਿੰਦਗੀ ਪਰ ਗੁਲਾਮੀ ਕਰਨੇ ਆਪਾਂ, ਜ਼ਿੰਦਗੀ ਪਰ ਗੁਲਾਮੀ ਕਰਨੇ ਇਹਦੀ। ਕੌੜਾ ਬੋਲ ਜਾਂਦੀ ਹੈ ਫਿਰ ਮਾਫੀਆਂ ਮੰਗਦੀ ਹੈ, ਨਿੰਦਾ ਕਰ ਜਾਂਦੀ ਹੈ ਫਿਰ ਮਾਫੀਆਂ ਮੰਗਦੀ ਹੈ। ਇਹੋ ਰਸਨਾ ਹੈ ਜਿਹੜੀ ਅਨੇਕਾਂ ਤਰ੍ਹਾਂ ਦੇ ਰਸ ਪਦਾਰਥ ਖਾ ਕੇ ਮਨੁੱਖ ਦੀ ਜ਼ਿੰਦਗੀ ਇਹੋ ਜਿਹੀ ਬਣਾ ਦਿੰਦੀ, ਫਿਰ ਥਾਂ ਥਾਂ 'ਤੇ ਸ਼ਰਮਿੰਦਾ ਹੁੰਦਾ ਹੈ। ਨਿੱਕਾ ਜਿਹਾ ਟੁਕੜਾ ਹੈ ਮਾਸ ਦਾ, ਸਾਰੀ ਜ਼ਿੰਦਗੀ ਇਹਦੀ ਗੁਲਾਮੀ 'ਚ ਲੰਘ ਜਾਂਦੀ ਹੈ। ਇੱਕ ਕਿਸੇ ਪਿਓ ਉਦਾਹਰਣ ਦੇਣ ਲੱਗਾ, ਇੱਕ ਕਿਸੇ ਪਿਓ ਨੇ ਬੱਚੀ ਨੂੰ ਬਚਨ ਆਖਿਆ, ਕਹਿਣ ਲੱਗੇ ਧੀਏ ਘਰੇ ਪ੍ਰਸ਼ਾਦਾ ਬਣਾ, ਅੱਜ ਕੋਈ ਰੱਬ ਦਾ ਪਿਆਰਾ ਘਰੇ ਆਉਣਾ ਹੈ। ਧੀ ਬੜੀ ਸਿਆਣੀ ਸੀ, ਉਹਨੇ ਥੋੜ੍ਹੀ ਜਿਹੀ ਦਾਲ ਉਹ ਕੱਢ ਲਈ ਜਿਹੜੀ ਦੇ ਵਿੱਚ ਨਮਕ ਥੋੜ੍ਹਾ ਜਿਹਾ ਘੱਟ ਪਾਇਆ ਸੀ। ਜਦੋਂ ਉਹਨਾਂ ਨੇ ਪ੍ਰਸ਼ਾਦਾ ਰੱਖਿਆ, ਉਹਨੇ ਪਹਿਲੀ ਗਰਾਈ ਲਾਈ ਤੇ ਪਹਿਲੀ ਗਰਾਈ ਲਾਉਂਦਿਆਂ ਸਾਰੀ ਫਕੀਰ ਕਹਿਣ ਲੱਗਾ, ਬਈ ਨਮਕ ਨਹੀਂ। ਉਹ ਕਹਿਣ ਲੱਗੇ, ਬਈ ਜਿਹੋ ਜਿਹਾ ਬਣਿਆ ਤੁਸੀਂ ਸਵੀਕਾਰ ਕਰ ਲਓ, ਇੰਨੀ ਕੋਈ ਸਾਡੇ ਕੋਲ ਹਿੰਮਤ ਹੈ। ਉਹ ਕਹਿਣ ਲੱਗੇ, ਨਹੀਂ ਇਵੇਂ ਤਾਂ ਛਕਣਾ ਔਖਾ ਹੋ ਜਾਣਾ। ਧੀ ਬੋਲੀ, ਕਹਿਣ ਲੱਗੀ, ਕੋਈ ਗੱਲ ਨਹੀਂ ਬਾਪੂ, ਤੁਸੀਂ ਫਿਕਰ ਨਾ ਕਰੋ, ਮੈਂ ਪ੍ਰਬੰਧ ਕੀਤਾ ਹੋਇਆ। ਉਹਨਾਂ ਨੇ ਦੂਜੀ ਕੌਲੀ ਲਿਆ ਕੇ ਦਾਲ ਦੀ ਰੱਖ ਦਿੱਤੀ। ਹੁਣ ਛਕਣ ਲੱਗਿਆ ਤੇ ਖੁਸ਼ ਹੋ ਗਿਆ, ਛੱਕ ਕੇ ਪ੍ਰਸ਼ਾਦਾ ਚਲਾ ਗਿਆ। ਧੀ ਬੋਲੀ, ਕਹਿਣ ਲੱਗੀ, ਬਾਪੂ ਤੂੰ ਤੇ ਕਹਿੰਦਾ ਸੀ ਬੜੇ ਰੱਬ ਦੇ ਪਿਆਰ ਵਾਲੇ ਦਾ ਪ੍ਰਸ਼ਾਦਾ, ਮਾਫ ਕਰਨਾ ਹਜੇ ਇਹ ਰਸ ਕਸਾਂ ਤੱਕ ਹੀ ਰੁਕਿਆ ਹੋਇਆ। ਪ੍ਰਸ਼ਾਦਾ ਛੱਕ ਲੈਂਦਾ, ਨਮਕ ਘੱਟ ਸੀ ਮੰਗ ਲੈਂਦਾ, ਬੁਰਾ ਨਹੀਂ ਹੈ, ਪਰ ਗਰਾਈ ਰੱਖ ਕੇ ਬੈਠ ਗਿਆ। ਇਹਦੇ ਮਨ ਵਿੱਚ ਤਾਂ ਇਹਨੇ ਝੁੱਗੀ ਤੱਕ ਨਾ ਦੇਖੀ ਸਾਡੀ ਵੀ ਕਿਹੋ ਜਿਹੀ ਹੈ। ਮੈਨੂੰ ਮਾਫ ਕਰਿਓ, ਅੱਜ ਬੇਗਾਨਾ ਹੱਕ ਖਾਣ ਦਾ ਰਸ ਹੈ ਜਿਹੜਾ, ਉਹਨੇ ਦੁਨੀਆਂ ਉਜਾੜੀ ਪਈ ਹੈ। ਜਿਹਨੂੰ ਰਸ ਰੱਬ ਦਾ ਆ ਗਿਆ, ਉਹ ਕਿਵੇਂ ਲੋਕਾਂ ਦਾ ਲਹੂ ਪੀ ਸਕਦਾ ਹੈ, ਉਹ ਕਿਵੇਂ ਦੂਜਿਆਂ ਦਾ ਲਹੂ ਪੀ ਸਕਦਾ ਹੈ, ਜਿਹਨੂੰ ਹੱਕ ਦੀ ਖਾਣ ਦਾ। ਆਹ ਤਾਂ ਅਸੀਂ ਇੱਥੇ ਤੱਕ ਹੀ ਰੁਕੇ ਹੋਏ ਨਾ ਹੁਣ ਤੱਕ, ਬਸ ਇਹੋ ਹੀ ਕਹੀ ਜਾਂਦੇ ਹਾਂ ਵੀ ਭਾਈ ਲਾਲੋ ਦੀ ਰੋਟੀ ਪਕੜੀ ਅਤੇ ਮਲਕ ਭਾਗੋ ਦੀ ਰੋਟੀ ਪਕੜੀ, ਇੱਕ 'ਚੋਂ ਖੂਨ ਨਿਕਲਿਆ, ਇੱਕ 'ਚੋਂ ਦੁੱਧ ਨਿਕਲਿਆ। ਮਸਲਾ ਦੁੱਧ ਖੂਨ ਦਾ ਕੱਢਣ ਦਾ ਨਹੀਂ ਸੀ, ਮਸਲਾ ਇਹ ਸੀ ਵੀ ਜਿਹੜੀ ਮਨਾ ਅਸਲ ਵਿੱਚ ਰੋਟੀ ਹੈ ਨਾ ਆਨੰਦ ਦੇਣ ਵਾਲੀ, ਉਹ ਭਾਈ ਲਾਲੋ ਵਾਲੀ ਹੈ। ਹੁਣ ਆਪਾਂ ਭਾਈ ਲਾਲੋ ਵਰਗੀ ਰੋਟੀ 'ਤੇ ਵਿਸ਼ਵਾਸ ਕਰ ਸਕਦੇ? ਆਪਾਂ ਨੂੰ ਸਬਰ ਆਉਂਦਾ? ਨਹੀਂ। ਮੈਂ ਤਾਂ ਦਸ ਬਹੁਤ ਵਾਰੀ ਬੇਨਤੀ ਕਰਦਾ, ਸਵੇਰੇ ਸਵੇਰੇ ਤੁਸੀਂ ਕਿਸੇ ਦੇ ਘਰ ਵੀ ਫੋਨ ਕਰੋ ਅਤੇ ਵੀ ਮੈਂ ਸਰਦਾਰ ਜੀ ਨੂੰ ਮਿਲਣਾ, ਅਤੇ ਘਰ ਵਾਲੇ ਕਹਿਣਗੇ ਜੀ ਉਹ ਪਾਠ ਕਰ ਰਹੇ, ਕੋਈ ਕਹੇਗਾ ਨਿਤਨੇਮ ਕਰ ਰਿਹਾ, ਕੋਈ ਕਹੇਗਾ ਸੁਖਮਨੀ ਸਾਹਿਬ ਦਾ ਕਰ ਰਿਹਾ। ਬੰਦਾ ਸੁਣ ਕੇ ਬੜਾ ਆਨੰਦਿਤ ਹੁੰਦਾ ਹੈ ਵੀ ਚਲੋ ਬਾਣੀ ਪੜ੍ਹਨ ਵਾਲੇ ਕੋਈ ਗੁਰਮੁਖ ਨੇ।
ਮੈਂ ਜੀ ਇਹਨੂੰ ਮਿਲਣਾ ਹੈ, ਦਫ਼ਤਰ ਆ ਜਾਇਓ ਤੁਸੀਂ, ਦਫ਼ਤਰ 9 ਵਜੇ ਜਾਂ 10 ਵਜੇ ਖੁੱਲ੍ਹਦਾ। ਹੁਣ ਜਦੋਂ ਲਿਜਾ ਕੇ ਦਫ਼ਤਰ ਫੈਲ ਰੱਖੀ, ਵੀ ਆਹ ਤਾਂ ਸਵੇਰੇ ਸੁਖਮਨੀ ਸਾਹਿਬ ਪੜ੍ਹਨ ਵਾਲਾ ਸੀ, ਕਰ ਕਿਰਪਾ ਜਿਸ ਕਹਿ ਕਿਰਦਾ ਗਰੀਬੀ ਵਸਾਵੈ, ਇਹ ਤਾਂ ਬਹੁਤ ਨਿਮਰਤਾ ਦਾ ਧਾਰਨੀ ਹੋਣਾ। ਜਦੋਂ ਫੈਲ ਰੱਖੀ, ਵਗਾ ਕੇ ਮਾਰੀ, ਕੌੜੇ ਸ਼ਬਦ ਬੋਲੇ, ਤੈਨੂੰ ਪਤਾ ਨਹੀਂ ਵਿੱਚ ਪੈਸੇ ਰੱਖ ਕੇ ਦੇਣੇ ਸੀ। ਸੌਦਾ ਤੈਅ ਹੁੰਦਾ, ਸਰਕਾਰ ਤੋਂ ਵੀ ਨੌਕਰੀ ਦੇ ਪੈਸੇ ਲੈਂਦੇ ਨੇ, ਫਿਰ ਵੀ ਇੱਕ ਸਹਿਣ ਕਰਨ ਦੇ ਬਦਲੇ ਕਿੰਨੇ ਪੈਸੇ ਲੈਂਦੇ ਨੇ। ਤੁਸੀਂ ਮੇਰੇ ਨਾਲ ਵੱਧ ਵਾਕਫ ਹੋ, ਕਿਵੇਂ ਰਿਸ਼ਵਤ ਚੱਲਦੀ ਹੈ, ਸਾਡਾ ਧਿਆਨ ਮਾੜੇ ਕੰਮਾਂ ਵਾਲੇ ਪਾਸੇ ਨੂੰ ਕਿਵੇਂ ਜਾਂਦਾ। ਮੈਂ ਸਿਰਫ ਅਰਜ਼ ਕਰ ਰਿਹਾ ਸਾਂ, ਗੁਰੂ ਜੀ ਨੇ ਕਿੱਡੀ ਪਿਆਰੀ ਬਾਤ ਸਮਝਾਈ। ਕਹਿਣ ਲੱਗੇ, ਮਨਾ, ਇਹਨਾਂ ਵਿਕਾਰਾਂ ਨੇ ਦੇਖ ਤੇਰਾ ਜੀਵਨ ਨਹੀਂ ਉਜਾੜ ਕੇ ਰੱਖ ਦਿੱਤਾ, ਜੇ ਤੂੰ ਨਿੰਦਾ ਨਾ ਕਰੇ। ਤੁਸੀਂ ਕਦੇ ਸੁਣਿਆ ਵੀ ਫਲਾਣਾ ਬੰਦਾ ਬਿਮਾਰ ਹੋ ਗਿਆ ਵੀ ਉਹ ਨਿੰਦਾ ਨਹੀਂ ਸੀ ਕਰਦਾ, ਫਲਾਣਾ ਬੰਦਾ ਮਰ ਗਿਆ ਤੇ ਉਹ ਨਿੰਦਾ ਨਹੀਂ ਸੀ ਕਰਦਾ? ਆਹ ਜਿਹੜੇ ਸ਼ਬਦ ਵੀ ਨੇ ਨਾ, ਅਸੀਂ ਉਹਨਾਂ ਦੇ ਅਰਥ ਕਿੱਡੇ ਗਲਤ ਕਰ ਲਏ। ਅਵਰ ਕਾਜ ਤੇਰੇ ਕਿੱਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅਸੀਂ ਇਹਦੇ ਅਰਥ ਕਰ ਲਏ ਵੀ ਤੂੰ ਕਿਰਤ ਨਾ ਕਰ, ਬਾਹਰ ਕੰਮ ਤੇ ਨਾ ਜਾ, ਇਹ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ। ਨਹੀਂ, ਇਹਦੇ ਅਰਥ ਇਹ ਨਹੀਂ ਸੀ, ਕਿਰਤ ਤਾਂ ਕਰੀ ਹੋਈ ਕੰਮ ਆਉਣੀ ਹੈ, ਉਹ ਕਿਉਂ ਨਹੀਂ ਕੰਮ ਆਉਣੀ? ਉਹ ਤਾਂ ਆਉਣੀ ਹੈ। ਅਵਰ ਕਾਜ ਦਾ ਅਰਥ ਹੁੰਦਾ ਸੀ ਜਿਹੜੀ ਤੂੰ ਲੋਕਾਂ ਦੀ ਨਿੰਦਾ ਕਰਨਾ, ਜਿਹੜੇ ਤੂੰ ਲੋਕਾਂ ਨੂੰ ਕਠੋਰ ਬਚਨ ਬੋਲਦਾ, ਜਿਹੜੇ ਤੂੰ ਪਰਾਇਆ ਰੂਪ ਤੱਕਣਾ, ਜਿਹੜੇ ਤੂੰ ਰਿਸ਼ਵਤ ਲੈ ਕੇ ਖਾਂਦਾ, ਜਿਹੜੇ ਤੂੰ ਪਾਪ ਦੀ ਦੁਨੀਆਂ ਦਾ ਰਸ ਮਾਣਦਾ, ਇਹ ਜਿਹੜੇ ਰਸ ਨੇ ਨਾ, ਇਹ ਕੰਮ ਨੇ ਤੇਰੇ ਕਿਤੇ ਕੰਮ ਨਹੀਂ ਆਉਣੇ। ਇਹ ਨੇ ਅਵਰ ਕਾਜ ਤੇਰੇ ਕਿਤੇ ਨਾ ਕੰਮ, ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਉਹਦੇ ਨਾਲੋਂ ਚੰਗਾ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਉਹਦੇ ਨਾਲੋਂ ਚੰਗਾ ਤੂੰ ਘੜੀ ਬੈਠ ਕੇ ਗੁਰੂ ਕੀ ਬਾਣੀ ਪੜ੍ਹ ਲੈ, ਚੰਗੀਆਂ ਗੱਲਾਂ ਕਰ ਲੈ, ਕਿਸੇ ਕੋਲ ਬੈਠ ਕੇ ਚੰਗੀ ਮੱਤ ਦੇ ਲੈ। ਇੱਕ ਨਿੱਕੀ ਗੱਲ ਵੀ ਕਿਸੇ ਦੀ ਕਹੀ ਹੋਈ, ਜੀਵਨ ਵਿੱਚ ਨਸੀਹਤ ਬਣ ਜਾਂਦੀ ਹੈ, ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦਾ। ਮੈਂ ਸਮਝਣਾ ਬਾਬਰ ਕਿੱਡਾ ਚੰਗਾ ਹੋਵੇਗਾ, ਲੋਕ ਕਿੰਨੇ ਚੰਗੇ ਹੋਣਗੇ ਜਿਹੜੇ ਗੁਰੂ ਦਾ ਉਪਦੇਸ਼ ਲੈ ਕੇ ਉਹਨਾਂ ਨੇ ਕਮਾ ਲਿਆ, ਸਾਡੇ ਵਾਂਗੂ ਨਹੀਂ ਕੀਤਾ। ਅੱਜ ਦਾ ਪਾਵਨ ਗੁਰਵਾਕ ਹੈ, ਜੇ ਰੱਬ ਨੇ ਸਾਡੇ 'ਤੇ ਪਾਬੰਦੀ ਨਹੀਂ ਲਾਈ। ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਪੰਛੀ ਦਾਣੇ ਚੁੱਕਦੇ ਨੇ, ਉਹ ਦਾਣੇ ਹੀ ਚੁੱਕਦੇ ਨੇ, ਉਹ ਆਪਣੀ ਮਰਜ਼ੀ ਨਾਲ ਉਹਦੇ ਕਈ ਤਰ੍ਹਾਂ ਦੇ ਪਦਾਰਥ ਬਣਾ ਕੇ ਨਹੀਂ ਖਾਂਦੇ। ਪਰ ਮਨੁੱਖ ਦੇ ਕੋਲ ਰੱਬ ਨੇ ਤਾਕਤ ਦਿੱਤੀ ਸੀ ਵੀ ਤੁਸੀਂ ਦਾਣੇ ਨਹੀਂ ਖਾਣੇ, ਦਾਣਿਆਂ ਨੂੰ ਪੀਸ ਕੇ ਉਹਦੇ ਕਈ ਤਰ੍ਹਾਂ ਦੇ ਪਦਾਰਥ ਬਣਾ ਕੇ ਖਾ ਸਕਦੇ ਹੋ, ਪਰ ਇੱਥੇ ਹੀ ਨਾ ਰੁਕ ਜਾਇਓ, ਅੱਗੇ ਨਿਕਲ ਜਾਈ। ਸ਼ੇਖ ਫਰੀਦ ਦੇ ਮੈਂ ਬਚਨ ਕਈ ਵਾਰੀ ਕਹਿਣਾ, ਉਹ ਕਹਿੰਦੇ ਮੈਂ ਦੋ ਚੀਜ਼ਾਂ ਸਾਂਭ ਕੇ ਰੱਖੀਆਂ, ਸਿਰਫ ਦੋ, ਦੋਨਾਂ ਨਾਲ ਹੀ ਮੈਂ ਦਰਬਾਰ ਸਾਹਿਬ ਪਹੁੰਚ ਗਿਆ। ਸਿਰਫ ਦੋ ਚੀਜ਼ਾਂ ਕਾਬੂ ਕੀਤੀਆਂ ਸਨ, ਕੀ? ਇੱਕ ਤਾਂ ਮੈਂ ਆਪਣੀ ਅੱਖ ਕਾਬੂ ਵਿੱਚ ਕੀਤੀ ਸੀ, ਦੂਜੀ ਮੈਂ ਆਪਣੀ ਜ਼ੁਬਾਨ ਕਾਬੂ ਵਿੱਚ ਕੀਤੀ ਸੀ। ਬਸ ਸਿਰਫ ਦੋ। ਮੇਰੀ ਮਾਂ ਨੇ ਮੈਨੂੰ ਪਦਾਰਥਾਂ 'ਤੇ ਲਾਇਆ ਸੀ, ਜਦੋਂ ਨਮਾਜ਼ ਪੜ੍ਹਨ ਲੱਗਿਆ ਸਾਂ ਉਦੋਂ ਮੇਰੀ ਮਾਂ ਨੇ ਵੀ ਮੈਨੂੰ ਖੰਡ, ਸ਼ੱਕਰ, ਮਿਸ਼ਰੀ, ਦੁੱਧ ਇਤਿਹਾਦਿਕ ਪਦਾਰਥਾਂ 'ਤੇ ਲਾਇਆ ਸੀ। ਪਰ ਸਮਾਂ ਆਇਆ ਮੈਂ ਉਹਦੇ ਤੋਂ ਅੱਗੇ ਨਿਕਲ ਗਿਆ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਗੁਰੂ ਜੀ ਵੀ ਤਾਂ ਆਪਣੇ ਬੱਚਿਆਂ ਨੂੰ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਨੇ ਅਤੇ ਕੈਂਡੀ ਦੇ ਦਿੰਦੇ ਭਈ ਇੱਕ ਚੰਗੇ ਕੰਮਾਂ 'ਚ ਲੱਗ ਜਾਏ, ਗੁਰੂ ਜੀ ਵੀ ਤਾਂ ਕਿੱਦਾਂ ਪਿਆਰ ਕਰਦੇ ਨੇ ਸਾਨੂੰ, ਘਰ ਆਇਆਂ ਨੂੰ ਕੜਾਹ ਪ੍ਰਸ਼ਾਦ ਦਿੰਦੇ ਨੇ, ਮਿੱਠੇ ਪਦਾਰਥ ਨੇ ਨਾ। ਪਰ ਅਸੀਂ ਰੋਕੀ ਕੜਾਹ ਪ੍ਰਸ਼ਾਦ 'ਤੇ ਗਏ ਜੀ, ਮੈਂ ਪ੍ਰਸ਼ਾਦ ਲੈ ਆਵਾਂ ਗੁਰੂ ਘਰ ਤੋਂ। ਕਦੇ ਨਹੀਂ ਕੋਈ ਦੇਖਿਆ ਵੀ ਜਿਹੜਾ ਇਹ ਕਵੇ ਮੈਂ ਗੁਰੂ ਘਰ ਤੋਂ ਮੱਤ ਲੈ ਆਵਾਂ, ਮੈਂ ਗੁਰੂ ਘਰ ਤੋਂ ਅਕਲ ਲੈ ਆਵਾਂ, ਮੈਂ ਗੁਰੂ ਘਰ ਦਾ ਸੁਨੇਹਾ ਲੈ ਆਵਾਂ, ਮੈਂ ਗੁਰੂ ਘਰ ਦਾ ਉਪਦੇਸ਼ ਲੈ ਆਵਾਂ। ਪ੍ਰਸ਼ਾਦ 'ਤੇ ਰੁਕਿਆਂ ਜ਼ਿੰਦਗੀ ਲੰਘ ਜਾਂਦੀ। ਇੱਕ ਤਾਂ ਮੈਂ ਜ਼ੁਬਾਨ ਬਸ ਵਿੱਚ ਕਰ ਲਈ, ਦੂਜੀ ਗੱਲ ਕਹਿੰਦੀ ਮੈਂ ਆਪਣੀਆਂ ਅੱਖਾਂ ਸਾਰੀ ਜ਼ਿੰਦਗੀ ਸਾਂਭ ਕੇ ਰੱਖੀਆਂ ਨੇ। ਕਾਗਾ ਕਰਗਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਹੰਕਾਰ ਰੂਪ ਕਾਂ
ਅਸੀਂ ਇਹਨੂੰ ਵੀ ਸ਼ੇਖ ਫਰੀਦ ਦੀ ਫੋਟੋ ਬਣਾ ਕੇ ਉੱਤੇ ਕਾਂ ਬਿਠਾ ਦਿੱਤਾ। ਇਹ ਅੱਖਾਂ ਦੀ ਗੱਲ ਨਹੀਂ ਹੋ, ਹੰਕਾਰ ਰੂਪੀ ਕਾਂ ਤੂੰ ਮੇਰਾ ਸਾਰਾ ਪਿੰਜਰਾ ਨੋਚ ਨੋਚ ਕੇ ਖਾ ਲਿਆ, ਸਰੀਰ ਖਾ ਲਿਆ, ਪਰ ਮੈਂ ਤੈਨੂੰ ਕਦੇ ਨਹੀਂ ਰੋਕਿਆ। ਅੱਜ ਤੈਨੂੰ ਰੋਕਦਾ ਹੰਕਾਰ ਰੂਪੀ ਕਾਂ, ਕਿਤੇ ਮੇਰੀਆਂ ਅੱਖਾਂ ਨੂੰ ਦਾਗੀ ਨਾ ਕਰ ਜਾਈ, ਮੇਰੇ ਕੋਲੋਂ ਰੱਬ ਨਹੀਂ ਪਛਾਣਿਆ ਜਾਣਾ। ਹੰਕਾਰੀ ਅੱਖਾਂ ਰੱਬ ਨਹੀਂ ਪਛਾਣਦੀਆਂ। ਆਓ ਅੱਜ ਇਸ ਸ਼ਬਦ ਵਿੱਚੋਂ ਆਪਣੀ ਜ਼ਿੰਦਗੀ ਨੂੰ ਲੱਗੇ ਹੋਏ ਦਾਗ ਧੋਣ ਦੀ ਕੋਸ਼ਿਸ਼ ਕਰੀਏ। ਬਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕਈ ਰਿਸ਼ਤਿਆਂ ਦਾ ਜ਼ਿਕਰ ਕਰਕੇ ਸਤਿਗੁਰੂ ਜੀ ਨੇ ਗੱਲ ਸਮਝਾਈ। ਦੋ ਪਾਤਰ ਨੇ, ਉਹਨਾਂ ਵਿੱਚ ਆਪਸ ਵਿੱਚ ਹੀ ਗੱਲਬਾਤ ਹੁੰਦੀ ਹੈ, ਉਹ ਗੱਲਬਾਤ ਵਿੱਚੋਂ ਹੀ ਸਾਨੂੰ ਉਪਦੇਸ਼ ਦਿੱਤਾ ਹੋਇਆ। ਸਖੀਏ ਦਾ ਮਤਲਬ ਹੁੰਦਾ ਹੈ ਸਹੇਲੀ, ਕਿਉਂਕਿ ਬੰਦਾ ਜਿਹੜਾ ਸਹੇਲੀ ਦਾ ਜਾਂ ਆਪਣੇ ਮਿੱਤਰ ਦਾ ਆਪਣੇ ਦੋਸਤ ਦਾ ਆਖਾ ਸੌਖਾ ਮੰਨ ਲੈਂਦਾ। ਸਤਿਗੁਰੂ ਜੀ ਨੇ ਵੀ ਇਹ ਗੁਰੂ ਬਣ ਕੇ ਉਪਦੇਸ਼ ਨਹੀਂ ਦਿੱਤਾ। ਹਜ਼ੂਰ ਕਹਿੰਦੇ ਉਹ ਸਮਝ ਲਓ ਮੈਂ ਤੁਹਾਡੀ ਸਹੇਲੀ ਹੈ, ਅਤੇ ਆਪਾਂ ਸਾਰੀਆਂ ਰੱਬ ਦੀਆਂ ਇਸਤਰੀਆਂ। ਸਹੇਲੀ ਤਾਂ ਸਹੇਲੀ ਨੂੰ ਚੰਗੀ ਬਾਤੀ ਦੇਵੇਗੀ ਨਾ, ਦੋਸਤ ਦੋਸਤ ਨੂੰ ਚੰਗੀ ਬਾਤੀ ਦੇਵੇਗਾ ਨਾ। ਅਤੇ ਸਾਹਿਬ ਜੀ ਸਹੇਲੀ ਬਣ ਕੇ ਸਾਨੂੰ ਮੱਤ ਦਿੰਦੇ ਨੇ। ਬਿਖੇ ਬਨ ਫੀਕਾ ਤਿਆਗ ਰੀ ਸਖੀਏ, ਬਿਖੇ ਦਾ ਮਤਲਬ ਹੁੰਦਾ ਜ਼ਹਿਰ, ਬਨ ਦਾ ਮਤਲਬ ਹੁੰਦਾ ਪਾਣੀ। ਦੇਖੋ ਕਈ ਸ਼ਬਦ ਐਸੇ ਨੇ ਜਿਨ੍ਹਾਂ ਦੇ ਬਾਰੇ 'ਚ ਆਪਾਂ ਸੋਚ ਵੀ ਨਹੀਂ ਸਕਦੇ, ਆਮ ਭਾਸ਼ਾ ਵਿੱਚ ਕਦੇ ਵੀ ਨਹੀਂ ਵਰਤੇ ਜਾਂਦੇ ਵੀ ਇਹਦਾ ਅਰਥ ਇਹ ਹੋ ਸਕਦਾ। ਜਿਵੇਂ ਬਨ, ਬਨ ਦਾ ਅਰਥ ਤੁਸੀਂ ਕਿਸੇ ਨੂੰ ਪੁੱਛ ਲਓ, ਆਮ ਮਨੁੱਖ ਕਹਿੰਦੇਗਾ ਜੰਗਲ, ਬਨ ਦਾ ਮਤਲਬ ਜੰਗਲ। ਇੱਥੇ ਬਨ ਦਾ ਅਰਥ ਹੈ ਪਾਣੀ। ਬਿਖੇ ਬਨ ਫੀਕਾ, ਵਿਸ਼ੇ ਬਕਾਰਾ ਰੂਪੀ, ਉਹ ਜਿਹੜਾ ਵਿਕਾਰੀ ਪਾਣੀ ਉਹਦਾ ਤਿਆਗ ਕਰ, ਉਹਦੇ ਤੋਂ ਉੱਚਾ ਉੱਠ। ਨਾਮ ਮਹਾਰਸ ਪੀਓ, ਰੱਬ ਦੀ ਭਗਤੀ ਦਾ, ਰੱਬ ਦੇ ਗੁਣਾਂ ਦਾ, ਰੱਬ ਦੇ ਪਿਆਰ ਦਾ ਉਹ ਰਸ ਪੀ ਕੇ ਦੇਖੋ ਕਦੇ। ਹੁਣ ਇਮਾਨਦਾਰੀ ਦਾ ਇੱਕ ਆਪਣਾ ਰਸ ਹੈ, ਦੂਜਿਆਂ ਦਾ ਲਹੂ ਪੀਣ ਦਾ ਇੱਕ ਆਪਣਾ ਰਸ ਹੈ। ਬਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ। ਬਿਨਾਂ ਰਸ ਚੱਖਣ ਤੋਂ ਦੁਨੀਆਂ ਡੁੱਬਦੀ ਜਾ ਰਹੀ ਹੈ। ਇੱਕ ਮੈਨੂੰ ਬਚਨ ਚੇਤੇ ਹੋਰ ਆ ਗਿਆ ਸ਼ੇਖ ਫਰੀਦ ਦਾ, ਉਹ ਕਹਿ ਕੇ ਆਪਾਂ ਅੱਗੇ ਤੁਰਾਂਗੇ। ਬੜੇ ਧਿਆਨ ਨਾਲ ਸੁਣਿਓ, ਉਹ ਕਹਿੰਦੇ ਇਉਂ ਸਮਝ ਲਓ ਵੀ ਇੱਕ ਨਦੀ ਵਗਦੀ ਹੈ, ਨਦੀ ਦੇ ਕਿਨਾਰੇ ਇੱਕ ਰੁੱਖ ਦਾ, ਇੱਕ ਖੰਜੂਰ ਦਾ ਰੁੱਖ ਹੈ। ਸਾਡੇ ਕੋਲ ਵਕਤ ਹੈ, ਭਾਵੇਂ ਖੰਜੂਰਾਂ ਤੋੜ ਕੇ ਖਾ ਲਈਏ ਅਤੇ ਭਾਵੇਂ ਨਦੀ 'ਚ ਵਗਦਾ ਪਾਣੀ ਸ਼ਹਿਦ ਹੈ ਉਹ ਪੀ ਲਈਏ, ਇਹ ਸਾਡੀ ਮਰਜ਼ੀ ਹੈ, ਪਾਬੰਦੀ ਕੋਈ ਨਹੀਂ। ਜਿਹੜਾ ਨਦੀ 'ਚ ਵਗਦਾ ਪਾਣੀ ਹੈ, ਸ਼ਹਿਦ ਹੈ, ਉਹ ਹੈ ਵਿਸ਼ੇ ਬਕਾਰਾਂ ਦਾ। ਜਿਹੜਾ ਖੰਜੂਰਾਂ ਲੱਗੀਆਂ ਹੋਈਆਂ ਨੇ, ਇਹ ਨੇ ਰੱਬ ਦਾ ਨਾਮ। ਹੁਣ ਬੰਦਾ ਕੀ ਸੋਚੇਗਾ? ਬੰਦਾ ਸੋਚੇਗਾ ਵੀ ਆਹ ਨਦੀ ਦੇ ਪਾਣੀ ਦੋ ਬੁੱਕਾਂ ਇੱਥੋਂ ਪੀ ਲਾਂ, ਇਹ ਬੜਾ ਸੌਖਾ ਹੈ। ਪਰ ਯਾਦ ਰੱਖਿਓ, ਇਹ ਬਰਬਾਦ ਕਰ ਸਕਦੀ ਹੈ। ਫਰੀਦਾ, ਰੱਬ ਖੰਜੂਰੀ ਪੱਕੀਆਂ, ਰੱਬ ਦੇ ਨਾਮ ਰੂਪੀ ਖੰਜੂਰਾਂ ਪੱਕੀਆਂ ਹੋਈਆਂ ਨੇ। ਖੰਜੂਰ 'ਤੇ ਚੜ੍ਹਨਾ ਬੜਾ ਔਖਾ ਹੁੰਦਾ ਹੈ, ਕਿਉਂਕਿ ਸਿੱਧੀ ਹੈ, ਕੋਈ ਟਾਹਣੇ ਨਹੀਂ ਹੁੰਦੇ। ਖਜੂਰ 'ਤੇ ਚੜ੍ਹ ਗਿਆ ਅਤੇ ਉਤਰਨਾ ਉਸ ਤੋਂ ਵੀ ਔਖਾ ਹੈ, ਕਿਉਂਕਿ ਉਹਦੇ ਜਿਹੜੇ ਛਿੱਲੜ ਨੇ ਉਹਨਾਂ ਦੇ ਮੂੰਹ ਉਤਾਨੂ ਹੁੰਦੇ ਨੇ, ਲੱਤਾਂ ਛਿੱਲੀਆਂ ਜਾਂਦੀਆਂ ਨੇ, ਬੜਾ ਔਖਾ ਹੈ। ਪਰ ਕਹਿਣ ਲੱਗੇ ਰੱਬ ਦਾ ਨਾਮ, ਇਹ ਰੱਬ ਖੰਜੂਰੀ ਪੱਕੀਆਂ ਹੈ। ਮਾਖਿਓ ਨਈ ਵਹਨ, ਅਤੇ ਜ਼ਹਿਰ ਰੂਪੀ ਉਹ ਸ਼ਹਿਦ ਦੀਆਂ ਨਦੀਆਂ ਵੀ ਵਗਦੀਆਂ ਨੇ। ਜੇ ਤੂੰ ਇਹ ਸੋਚੇ ਵੀ ਮੈਂ ਦੋਏ ਕੰਮ ਕਰ ਲਾਂ, ਥੋੜ੍ਹਾ ਜਿਹਾ ਨਦੀ 'ਚੋਂ ਪੀ ਲਾ, ਬਾਅਦ 'ਚ ਖਜੂਰ 'ਤੇ ਚੜ੍ਹ ਜਾਂਗਾ, ਕਹਿਣ ਲੱਗੇ ਹੋਣਾ ਨਹੀਂ, ਕਿਉਂਕਿ ਤੇਰੇ ਕੋਲ ਵਕਤ ਥੋੜ੍ਹਾ ਹੈ।
ਮਾਖਿਓ ਨਹੀਂ ਵਹਨ ਜੋ ਜੋ ਵੰਝਾ ਡਿਗੜਾ ਉਮਰੇ ਹੱਥ ਪਵਨ ਤੇਰੇ ਕੋਲ ਇੰਨਾ ਵਕਤ ਨਹੀਂ ਕੰਮ ਇੱਕੋ ਹੀ ਹੋਣਾ ਭਾਵੇਂ ਵਿਕਾਰਾਂ ਦੇ ਰਸ ਲੈ ਲੈ ਭਾਵੇਂ ਨਾਮ ਰਸ ਲੈ ਲੈ ਕੰਮ ਇੱਕੋ ਹੀ ਹੋਣਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ ਥੋੜ੍ਹਾ ਅਹਿਸਾਸ ਬਣਾ ਕੇ ਦੇਖੋ ਇਸ ਗੱਲ ਦਾ ਉਹ ਮਨੁੱਖ ਕਿੱਡੇ ਇੱਜ਼ਤ ਨਾਲ ਜੀਉਂਦਾ ਜਿਹੜਾ ਬੰਦਾ ਆਪਣੇ ਧੀਆਂ ਪੁੱਤਰਾਂ ਪੋਤਿਆਂ ਪੋਤੀਆਂ ਵਿੱਚ ਬੈਠਾ ਹੈ ਦੋਹਤੇ ਦੋਹਤਰੀਆਂ 'ਚ ਬੈਠਾ ਹੈ ਸਫੇਦ ਦਾੜੀ ਕਿੱਡੇ ਮਾਣ ਨਾਲ ਬੈਠਾ ਹੋਏਗਾ ਜ਼ਿੰਦਗੀ ਦੀ ਜਿਹੜੀ ਖੱਟੀ ਕਮਾਈ ਕਿੱਡੀ ਵਧੀਆ ਹੋਏਗੀ ਆਪਣੇ ਪਰਿਵਾਰ 'ਚ ਬੈਠਾ ਕਿਉਂਕਿ ਉਹਦੇ ਮੂੰਹ 'ਤੇ ਕੋਈ ਕਲੰਕ ਨਹੀਂ ਲੱਗਿਆ ਹੋਇਆ ਉਹਨੇ ਕਿਸੇ ਦੀ ਧੀ ਭੈਣ ਨੂੰ ਮੈਲੀ ਨਜ਼ਰ ਨਾਲ ਨਹੀਂ ਦੇਖਿਆ ਉਹਨੇ ਆਪਣਾ ਜੀਵਨ ਬੜਾ ਚੰਗੇ ਢੰਗ ਨਾਲ ਗੁਜ਼ਾਰਿਆ ਹੋਇਆ ਅੱਜ ਉਹ ਇੱਜ਼ਤ ਨਾਲ ਬੈਠਾ ਹੈ ਅਤੇ ਮਾਣ ਨਾਲ ਬੈਠਾ ਹੈ ਉਹਨੂੰ ਇਸੇ ਗੱਲ ਦਾ ਕਿੱਡਾ ਨਸ਼ਾ ਹੈ ਵੀ ਮਾਲਕ ਜੀ ਤੂੰ ਬੜੀ ਕਿਰਪਾ ਕੀਤੀ ਬੜੀ ਕਿਰਪਾ ਕੀਤੀ ਇਹ ਦੁਨੀਆਂ ਦੀ ਕਾਲਖ ਵਿੱਚੋਂ ਨਿਕਲਦਿਆਂ ਤੂੰ ਮੈਨੂੰ ਦਾਗ ਨਹੀਂ ਲੱਗਣ ਦਿੱਤਾ ਹੋਰ ਕਿਸੇ ਨਸ਼ੇ ਦੀ ਕੀ ਲੋੜ ਹੈ ਕਿੱਡਾ ਵਧੀਆ ਨਸ਼ਾ ਉਸ ਮਨੁੱਖ ਦੇ ਕੋਲ ਜਿਹੜਾ ਬੱਚਾ ਆਪਣੇ ਮਾਂ ਬਾਪ ਨੂੰ ਮੂੰਹ ਦਿਖਾਉਣ ਜੋਗਾ ਸ਼ਰਮਿੰਦਾ ਨਹੀਂ ਹੁੰਦਾ ਵਿਦਵਾਨਾਂ ਨੇ ਚਾਰ ਗੱਲਾਂ ਮੰਨੀਆਂ ਨੇ ਬੜੀਆਂ ਅਹਿਮ ਚਾਰ ਗੱਲਾਂ ਮੰਨੀਆਂ ਨੇ ਬੜੀਆਂ ਅਹਿਮ ਨੰਬਰ ਇੱਕ ਜਿਹੜੇ ਬੰਦੇ ਨੂੰ ਦਿਨੇ ਕਿਸੇ ਤੋਂ ਨਜ਼ਰ ਨਹੀਂ ਚੁਰਾਉਣੀ ਪੈਂਦੀ ਉਹ ਮਨੁੱਖ ਸਵਰਗ 'ਚ ਜੀਉਂਦਾ ਹੈ ਮੈਨੂੰ ਡਰ ਹੀ ਕੋਈ ਨਹੀਂ ਕਿਸੇ ਤੋਂ ਨਜ਼ਰ ਚੁਰਾਉਣ ਦੀ ਲੋੜ ਹੀ ਨਹੀਂ ਨੰਬਰ ਦੋ ਜਿਹੜੇ ਬੰਦੇ ਨੂੰ ਰੱਜ ਕੇ ਭੁੱਖ ਲੱਗਦੀ ਹੈ ਉਹ ਬੰਦਾ ਜ਼ਿੰਦਗੀ ਸੁੱਖਾਂ 'ਚ ਜੀਉਂਦਾ ਹੈ ਨੰਬਰ ਤਿੰਨ ਜਿਹੜੇ ਬੰਦੇ ਦੇ ਰਾਤ ਨੂੰ ਨੀਂਦ ਆਉਂਦੀ ਹੈ ਭਰ ਕੇ ਉਹਨੂੰ ਕੋਈ ਚਿੰਤਾ ਨਹੀਂ ਉਹ ਬੰਦਾ ਸਵਰਗ 'ਚ ਹੈ ਨੰਬਰ ਚਾਰ ਜਿਹੜਾ ਬੰਦਾ ਜਿੱਥੇ ਜਾਵੇ ਉਹਨੂੰ ਅਦਭੁਤ ਸਤਿਕਾਰ ਮਿਲੇ ਤਾਂ ਸਮਝ ਲੈਣਾ ਉਹ ਬੰਦਾ ਸਵਰਗ 'ਚ ਜੀਉਂਦਾ ਇਹ ਚਾਰ ਤਰ੍ਹਾਂ ਦੀ ਦੌਲਤ ਜਿਸ ਮਨੁੱਖ ਦੇ ਕੋਲ ਹੈ ਉਹ ਸਵਰਗ 'ਚ ਇੱਥੇ ਹੀ ਸਵਰਗ 'ਚ ਹੈ ਉਹ ਮਸਲਾ ਚਾਰ ਪੈਸੇ ਵੱਧ ਘੱਟ ਹੋਣ ਦਾ ਨਹੀਂ ਹੁੰਦਾ ਜ਼ਿੰਦਗੀ ਦਾ ਇੱਕ ਕਿੱਡਾ ਪਿਆਰਾ ਨਸ਼ਾ ਜ਼ਿੰਦਗੀ ਦਾ ਇੱਕ ਕਿੱਡਾ ਅਮੁੱਲ ਖਜ਼ਾਨਾ ਹੈ ਉਸ ਮਨੁੱਖ ਦੀ ਸ਼ਖਸੀਅਤ ਨੂੰ ਕੋਈ ਦਾਗ ਨਹੀਂ ਲੱਗਾ ਇਹ ਵਿਕਾਰਾਂ ਰੂਪੀ ਦਾਗ ਨੇ ਜਿਹੜੇ ਸਾਨੂੰ ਕਿਤੇ ਨਾ ਕਿਤੇ ਹੋ ਜਾ ਕਲੰਕਿਤ ਕਰ ਦਿੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਸਾਡੀ ਅੱਖ ਨੀਵੀਂ ਕਰ ਦਿੰਦੇ ਨੇ ਮਨੁੱਖ ਆਪਣੇ ਆਪ 'ਤੇ ਬੜਾ ਪਛਤਾਉਂਦਾ ਹੈ ਸਾਹਿਬ ਜੀ ਆਖਦੇ ਨੇ ਕਹਿੰਦੇ ਬਿਨ ਰਸ ਚਾਖੇ ਬੁੱਢ ਗਈ ਸਗਲੀ ਸਾਰੇ ਡੁੱਬ ਗਏ ਨਿੰਦਕ ਨੂੰ ਕਿੰਨਾ ਸ਼ਰਮਿੰਦਾ ਹੋਣਾ ਪਏਗਾ ਨਾਨਕ ਪ੍ਰਭ ਸ਼ਰਣਾਈ ਮੁੱਖ ਨਿੰਦਕ ਕੈ ਸ਼ਾਈ ਜਿਹੜੇ ਮਾਲਕ ਦੀ ਸ਼ਰਨ ਵਿੱਚ ਪੈ ਗਏ ਉਹ ਤਾਂ ਆਨੰਦ ਲੈਂਦੇ ਨੇ ਜਿਹੜਾ ਨਿੰਦਕ ਆ ਉਹਨੂੰ ਪਰ ਡਰਦਾ ਹੈ ਨਾ ਵੀ ਕਿਤੇ ਬੰਦਾ ਗੱਲ ਨਾ ਕਿਤੇ ਕਰਦੇ ਉਹਦੇ ਸਾਹਮਣੇ ਅੱਖ ਨੀਵੀਂ ਕਰਕੇ ਰੱਖਦਾ ਮੈਂ ਇਹਦੇ ਸਾਹਮਣੇ ਨਹੀਂ ਬੋਲਣਾ ਇਹ ਕਿਤੇ ਦੱਸ ਨਾ ਦੇਵੇ ਮੇਰੀ ਕਿਸੇ ਕਮਜ਼ੋਰੀ ਨੂੰ ਕਿੱਡਾ ਡਰ ਹੈ ਕਿੱਡਾ ਸਹਿਮਿਆ ਮੱਲਾ ਉਹ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਾਤਨ ਸ਼ੱਕ 'ਚ ਹੀ ਕਾਈ ਸਾਧਾਂ ਦਾਸੀ ਠੀਓ ਸਾਹਿਬ ਜੀ ਆਖਦੇ ਨੇ ਕਹਿੰਦੇ ਇਸ ਵਿਕਾਰਾਂ ਦੇ ਰਸ ਤੋਂ ਬਚਣ ਲਈ ਕੋਈ ਬੰਦਾ ਕਿੰਨਾ ਹੀ ਜ਼ੋਰ ਲਾ ਲਵੇ ਕਿੰਨੀ ਤਾਕਤ ਪ੍ਰਾਪਤ ਕਰ ਲਵੇ ਉਹਦੇ ਕੋਲੋਂ ਨਹੀਂ ਹੋ ਸਕਣੀ ਬਸ ਇੱਕੋ ਇੱਕ ਸਾਧਨ ਹੈ ਕਿਤੇ ਉਹ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਜਾਏ ਸਾਧ ਸੰਗਤ ਵਿੱਚ ਆ ਜਾਏ ਗੁਰੂ ਚਰਨਾਂ ਵਿੱਚ ਆ ਜਾਏ ਮਾਲਕ ਦੇ ਦਰ 'ਤੇ ਆ ਜਾਏ ਇੱਥੋਂ ਇੱਕ ਤਾਕਤ ਮਿਲਦੀ ਹੈ ਇੱਥੋਂ ਇੱਕ ਖੁਰਾਕ ਮਿਲਦੀ ਹੈ ਜਿਹੜੀ ਸਾਨੂੰ ਵਿਕਾਰਾਂ ਵਾਲੇ ਪਾਸੇ ਨਹੀਂ ਜਾਣ ਦਿੰਦੀ ਉਹ ਬਚਿਆ ਰਹਿੰਦਾ ਮਨੁੱਖ ਨਾਨਕ ਸੇ ਦਰ ਸ਼ੋਭਾ ਬੰਤੇ ਜੋ ਪ੍ਰਭ ਆਪਣੇ ਕੀਓ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਬਣਾ ਲਿਆ ਉਹਨਾਂ ਦੀ ਕਿੰਨੀ ਸ਼ੋਭਾ ਹੈ ਹੁਣ ਦੇਖੋ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ ਆਪਾਂ ਕਿੰਨੀ ਵਾਰੀ ਪੈਸੇ ਦਿੰਦੇ ਹਾਂ ਜੀ ਆ ਮੇਰੇ ਤੁਸੀਂ ਇੱਕ ਮਹੀਨਾ ਅਰਦਾਸ ਕਰਿਓ ਅਤੇ ਸਾਡਾ ਨਾਂ ਇੱਕ ਮਹੀਨਾ ਬੋਲਦਾ ਪਰ ਪੈਸੇ ਦਿੱਤੇ ਤੋਂ ਬੋਲਦਾ ਫਿਰ ਅਗਲੇ ਮਹੀਨੇ ਫਿਰ ਦੇਣੇ ਪੈਂਦੇ ਨੇ ਨਹੀਂ ਤਾਂ ਨਾਂ ਬੰਦ ਹੋ ਜਾਣਾ ਤੂੰ ਸੋਚ ਕੇ ਦੇਖੋ ਵੀ ਜੇ ਦੁਨੀਆਂ ਭਰ 'ਚ ਮੰਨ ਲਓ 3 ਲੱਖ ਗੁਰਦੁਆਰਾ ਹੋਵੇ ਚਲੋ ਸੌਖੀ ਜਿਹੀ ਗੱਲ ਮੈਂ ਬੇਨਤੀ ਕਰਾਂ
ਇੱਕ ਲੱਖ ਹੀ ਲਾ ਲਓ, ਜੇ ਦੁਨੀਆਂ ਭਰ 'ਚ ਇੱਕ ਲੱਖ ਗੁਰਦੁਆਰਾ ਸਾਹਿਬ ਹੋਵੇ ਤੇ ਇੱਕ 25 ਸਾਲਾਂ ਦਾ ਜਵਾਨ ਹੈ ਜਿਹਦੀ ਅਰਦਾਸ ਦਿਨ ਵਿੱਚ ਉਹਨੂੰ ਘੱਟ ਤੋਂ ਘੱਟ ਵੀ 3 ਅਰਦਾਸਾਂ ਤਾਂ ਹੁੰਦੀਆਂ ਹੀ ਨਾ ਅੰਮ੍ਰਿਤ ਵੇਲੇ ਜਿਹਨੇ ਕਿਸੇ ਕਾਰਜ ਲਈ, ਅਤੇ ਰਾਤ ਨੂੰ 3 ਤਾਂ ਘੱਟ ਤੋਂ ਘੱਟ ਹੀ ਨੇ ਨਾ ਹਰੇਕ ਧਾਰਮਿਕ ਸਥਾਨ 'ਤੇ, ਅਤੇ ਇੱਕ 25 ਸਾਲਾਂ ਦੇ ਨੌਜਵਾਨ ਨੂੰ ਉਹਦੀ ਕਮਾਈ ਦਾ ਧਿਆਨ ਧਰ ਕੇ ਇੱਕ ਦਿਨ 'ਚ ਨੂੰ 3 ਵਾਰੀ ਲੋਕ ਮੰਨਦੇ ਨੇ ਅਤੇ 3 ਵਾਰੀ ਮੰਨਦੇ ਨੇ, ਲੱਖ ਗੁਰਦੁਆਰਾ ਹੋਵੇ 3 ਲੱਖ ਵਾਰੀ ਇੱਕ ਦਿਨ 'ਚ ਨੂੰ ਨਾਂ ਲਿਆ ਜਾਂਦਾ, ਇੱਕ ਦਿਨ 'ਚ ਨੂੰ 3 ਵਾਰੀ, 25 ਸਾਲਾਂ ਦਾ ਜਵਾਨ ਹੈ, ਉਹਦਾ ਨਾਂ ਹੈ ਭਾਈ ਤਾਰੂ ਸਿੰਘ। ਕਹਿੰਦੀ ਉਹਨਾਂ ਅਰਦਾਸ ਵਿੱਚ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਉਹਦੀ ਕਿੱਡੀ ਵੱਡੀ ਵਡਿਆਈ ਹੈ। ਮੈਂ ਫਿਰ ਦੁਬਾਰੇ ਬੇਨਤੀ ਕਰਾਂ ਕਬੀਰ ਸਾਹਿਬ ਦੀ, ਉਹਨੂੰ ਫਿਕਰ ਥੋੜ੍ਹਾ ਕਬੀਰ ਸਾਹਿਬ ਨੂੰ ਵੀ ਆਉਣ ਵਾਲੇ 5 ਸਾਲਾਂ ਨੂੰ, ਮੈਂ ਤਾਂ ਪ੍ਰਧਾਨ ਨਹੀਂ ਹੋਣਾ ਅਤੇ ਮੈਨੂੰ ਕਿਸੇ ਨੇ ਗੁਰਦੁਆਰੇ 'ਚੋਂ ਕੱਢ ਦੇਣਾ ਜਾਂ ਮੈਨੂੰ ਦਰਬਾਰ ਸਾਹਿਬ 'ਚੋਂ ਕੱਢ ਦੇਣਾ, ਕੋਈ ਆਵੇ ਕੋਈ ਜਾਵੇ ਕਬੀਰ ਸਾਹਿਬ ਉਵੇਂ ਹੀ ਬੋਲਦੇ ਰਹਿਣਗੇ, ਕੋਈ ਆਵੇ ਕੋਈ ਜਾਵੇ ਕਬੀਰ ਸਾਹਿਬ ਨੂੰ ਲੋਕ ਮੱਥਾ ਉਵੇਂ ਹੀ ਟੇਕਦੇ ਰਹਿਣਗੇ, ਕਿਉਂਕਿ ਇਹ ਵਡਿਆਈ ਉਹਨਾਂ ਦੀ ਹੈ ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ। ਆਹ ਸੀ ਸਾਡੇ ਜੀਵਨ ਦੀ ਮੰਜ਼ਿਲ, ਅਸੀਂ ਇਹਦੇ ਵਿੱਚ ਜਾਣਾ ਸੀ, ਇਹ ਸੋਚਣਾ ਸੀ ਮੈਂ ਕਿੱਧਰਲੇ ਪਾਸੇ ਨੂੰ ਜਾਣਾ ਹੈ। ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹੈ, ਮੈਂ ਗੁਰੂ ਕਲਗੀਧਰ ਦਾ ਪੁੱਤਰ ਹੈ, ਮੈਂ ਮਾਤਾ ਸਾਹਿਬ ਕੌਰ ਦਾ ਪੁੱਤ ਬਣਨਾ, ਇਹ ਮੇਰੀ ਮੰਜ਼ਿਲ ਹੈ। ਜਦੋਂ ਮੈਂ ਇਸ ਰਹਿਣੀ ਦਾ ਬਣ ਜਾਵਾਂਗਾ ਫਿਰ ਮੈਂ ਗੁਰੂ ਗੋਬਿੰਦ ਸਿੰਘ ਨੂੰ ਵੀ ਕਹਿ ਦੇਵਾਂ ਵੀ ਤੂੰ ਆਹ ਨਹੀਂ ਕਰਨਾ, ਅਤੇ ਗੁਰੂ ਗੋਬਿੰਦ ਸਿੰਘ ਵੀ ਮੰਨ ਲਵੇਗਾ। ਮੈਂ ਨਹੀਂ ਕਹਿੰਦਾ, ਉਹਨਾਂ ਆਪ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਮੈਂ ਤਾਂ ਉਹਦਾ ਚੇਲਾ ਬਣਨ ਨੂੰ ਤਿਆਰ ਹੈ। ਉਹ ਬਣੇ ਤਾਂ ਸਹੀ, ਕਿੱਥੇ ਤਾਂ ਹੁਣ ਉਹ ਜੀਵਨ ਹੈ। ਗੁਰੂ ਗੋਬਿੰਦ ਸਿੰਘ ਵੀ ਆਖਾਂ ਮੰਨਣ ਨੂੰ ਤਿਆਰ ਹੈ, ਕਿੱਥੇ ਉਹ ਜੀਵਨ ਹੈ ਜਿਹੜਾ ਸ਼ਰਾਬ ਦੇ ਅਧੀਏ 'ਚ ਖਤਮ ਹੋ ਗਿਆ। ਸੋਚ ਕੇ ਦੇਖੋ, ਕਿੱਥੇ ਉਹ ਜੀਵਨ ਹੈ ਜੋ ਮੁੱਖ ਤੋਂ ਬੋਲੇ ਰੱਬ ਸੁਣਦਾ, ਕਿੱਥੇ ਉਹ ਜੀਵਨ ਹੈ ਜਿਹੜੀ ਨਿੰਦਾ ਕਰਕੇ ਆਪਣਾ ਜੀਵਨ ਬੇਕਾਰ ਗੁਜ਼ਾਰ ਰਿਹਾ। ਸਾਹਿਬ ਨੇ ਸਾਨੂੰ ਸਮਝਾਇਆ ਨੇਕ ਇਨਸਾਨ ਬਣਨ ਵਾਸਤੇ, ਔਰ ਮੈਂ ਬੇਨਤੀ ਕਰਾਂ ਬਹੁਤੇ ਸ਼ਬਦਾਂ ਵਿੱਚ ਤੁਸੀਂ ਕਦੇ ਧਿਆਨ ਦੇ ਕੇ ਦੇਖਿਓ, ਸਿੱਖ ਸ਼ਬਦ ਵੀ ਨਹੀਂ ਵਰਤਿਆ ਹੁੰਦਾ, ਕਿਉਂਕਿ ਇਹ ਉਪਦੇਸ਼ ਤਾਂ 4 ਵਰਨਾਂ ਲਈ ਹੈ। ਕੋਈ ਕਮਾਵੇ, ਇਹ ਥੋੜ੍ਹਾ ਵੀ ਹਿੰਦੂ ਕੋਈ ਨਿੰਦਾ ਕਰੇ ਤਾਂ ਉਹ ਚੰਗਾ ਹੈ, ਮੁਸਲਮਾਨ ਕੋਈ ਨਿੰਦਾ ਕਰੇ ਤਾਂ ਉਹ ਚੰਗੀ ਹੈ, ਸਿੱਖ ਕਰੇ ਤਾਂ ਮਾੜੀ ਹੈ। ਨਹੀਂ ਨਹੀਂ, ਇਹ ਤਾਂ ਇੱਕ ਮਨੁੱਖਤਾ ਦੀ ਉਪਦੇਸ਼ ਹੈ, ਇਹ ਕੋਈ ਵੀ ਕਮਾਵੇ ਉਹੀ ਮਨੁੱਖ ਸੁਖੀ ਹੋ ਜਾਏਗਾ। ਸਦੀਵੀ ਸਚਾਈਆਂ ਦਾ ਨਾਂ ਗੁਰਬਾਣੀ ਹੈ। ਹਰ ਚੰਦੌਰੀ ਚਿੱਤ ਭਰਮ ਸਖੀਏ, ਮਿਰਗ ਤ੍ਰਿਸ਼ਨਾ ਧਰਮ ਛਾਇਆ। ਇਹ ਪੰਕਤੀ ਦੇ ਅਰਥ ਨੇ, ਮਨੁੱਖ ਨੂੰ ਜਦੋਂ ਪਤਾ ਹੈ ਫਿਰ ਛੱਡਦਾ ਕਿਉਂ ਨਹੀਂ ਨਿੰਦਾ। ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ ਆਪਾਂ ਸੁਣਨੇ ਹੈ ਫਿਰ ਛੱਡਦਾ ਕਿਉਂ ਨਹੀਂ? ਕਹਿੰਦੇ ਤਾਂ ਨਹੀਂ ਛੱਡਦਾ, ਉਹਦੇ ਜੀਵਨ ਵਿੱਚ 3 ਗੱਲਾਂ ਦਾ ਜ਼ਿਕਰ ਕੀਤਾ ਵੀ ਭੁਲੇਖਾ ਹੈ ਬੜਾ ਵੱਡਾ। ਹਰ ਚੰਦੌਰੀ ਦਾ ਅਰਥ ਹੁੰਦਾ ਹੈ ਸਾਡੇ ਮਨਾਂ ਵਿੱਚ ਇੱਕ ਸ਼ੇਖ ਚਿਲੀ ਬੈਠਾ ਹੋਇਆ, ਹਰ ਬੰਦੇ ਦੇ ਅੰਦਰ ਇੱਕ ਸ਼ੇਖ ਚਿਲੀ ਬੈਠਾ ਹੋਇਆ। ਉਹ ਤਾਂ ਸਾਡੇ ਅੰਦਰ ਦੀਆਂ ਕਹਾਣੀਆਂ ਬਣਾ ਕੇ ਸਾਨੂੰ ਸੁਣਾ ਦਿੱਤੀਆਂ ਬਾਹਰ, ਵੀ ਸ਼ੇਖ ਚਿਲੀ ਹੁੰਦਾ ਸੀ ਅਤੇ ਉਹ ਕਿਸੇ ਦਾ ਭਾਰ ਚੁੱਕੀ ਜਾ ਰਿਹਾ ਸੀ। ਉਹਨਾਂ ਸਮਿਆਂ ਦੇ ਵਿੱਚ ਲੋਕ ਇਵੇਂ ਵਗਾਰੀਆਂ ਦੇ ਕੋਲੋਂ ਕੰਮ ਕਰਵਾਇਆ ਕਰਦੇ ਸਨ, ਅਤੇ ਘੜਾ ਚੁੱਕਿਆ ਹੋਇਆ ਉਹਨੇ ਘਿਓ ਦਾ ਅਤੇ ਜਾ ਰਿਹਾ। ਉਹ ਮਨ ਵਿੱਚ ਸੋਚਦਾ ਵੀ ਹੁਣ ਮੈਂ ਸਿਰੇ ਪਹੁੰਚ ਜਾਣਾ ਅਤੇ ਇਹਨੇ ਮੈਨੂੰ ਪੈਸੇ ਦੇਣੇ ਨੇ, ਮੈਂ ਉਹ ਪੈਸੇ ਖਰਚਣੇ ਨਹੀਂ, ਉਹਦੇ ਮੈਂ ਆਂਡੇ ਲਿਆਵਾਂਗਾ ਅਤੇ ਉਹਦੇ 'ਚੋਂ ਮੁਰਗੀਆਂ ਪੈਦਾ ਕਰਕੇ ਬਹੁਤ ਵੱਡਾ ਫਾਰਮ ਹੋਵੇਗਾ, ਫਿਰ ਮੇਰੇ ਕੋਲ 4 ਪੈਸੇ ਹੋਣਗੇ, ਮੇਰਾ ਵਿਆਹ ਹੋਏਗਾ, ਮੇਰੇ ਬੱਚੇ ਹੋਣਗੇ, ਅਤੇ ਮੇਰੇ ਬੱਚੇ ਮੈਨੂੰ ਜ਼ਿੱਦ ਕਰਕੇ ਕਹਿਣਗੇ ਵੀ ਪ੍ਰਸ਼ਾਦਾ ਛੱਕ, ਉਦੋਂ ਮੈਂ ਕਹਾਂਗਾ ਨਹੀਂ ਮੈਂ ਨਹੀਂ ਛਕਣਾ, ਮੈਂ ਰੁੱਸਾਂਗਾ। ਜਦੋਂ ਉਹਨੇ ਸਿਰ ਹਿਲਾਇਆ ਵੀ ਮੈਂ ਨਹੀਂ ਛਕਣਾ ਅਤੇ ਸਿਰ ਤੋਂ ਘੜਾ ਜਿਹੜਾ ਸੀ ਉਹ ਡੁੱਲ ਗਿਆ। ਜਦੋਂ ਘੜਾ ਡੁੱਲਿਆ ਅਤੇ ਉਹ ਬਾਲਕ ਨੇ ਪਕੜ ਲਿਆ ਵੀ ਮੂਰਖਾ ਤੂੰ ਮੇਰਾ ਘੜਾ ਡੋਲ ਦਿੱਤਾ ਘਿਓ ਦਾ,
ਉਹ ਕਹਿਣ ਲੱਗਿਆ ਤੇਰਾ ਤਾਂ ਘੜਾ ਹੀ ਡੁੱਲਿਆ, ਮੇਰੀ ਸਾਰੀ ਦੁਨੀਆ ਉੱਜੜ ਗਈ। ਸਾਡੇ ਸਾਰਿਆਂ ਦੇ ਮਨਾਂ 'ਚ ਸ਼ੇਖ ਚਿੱਲੀ ਬੈਠਾ ਹੋਇਆ, ਇੱਕ ਇੱਕ ਸਾਰੇ ਹੀ ਆਪਾਂ ਰਾਸ ਰੱਖਨੇ, ਕੋਈ ਨਹੀਂ ਕਹਿੰਦਾ ਵੀ ਮੈਂ 10 ਸਾਲਾਂ ਦੀ ਕਮਾਈ, ਰੱਬਾ ਕਿਤੇ ਮੇਰੀ ਲਾਟਰੀ ਕੱਢ ਦੇਵੇ ਨਾ ਅਤੇ ਮੈਂ ਆਹ ਕਰਾਂਗਾ ਉਹ ਕਰਾਂਗਾ। ਦੇਖੋ ਤੁਸੀਂ ਆਪਣੇ ਆਪ ਨੂੰ ਕਦੇ ਪੜ੍ਹ ਕੇ ਦੇਖਣਾ। ਰਜਨੀਸ਼ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ, ਉਹ ਕਹਿੰਦੇ ਤੁਸੀਂ ਆਪਣੀਆਂ ਗੱਲਾਂ 10 ਮਿੰਟ ਦੀਆਂ, ਸਿਰਫ 10 ਮਿੰਟ ਦੀਆਂ ਆਪਣੀਆਂ ਹੀ ਗੱਲਾਂ ਇਮਾਨਦਾਰੀ ਨਾਲ ਕਿਸੇ ਕਾਗਜ਼ 'ਤੇ ਲਿਖ ਕੇ ਦੇਖਿਓ ਵੀ ਮੈਂ ਆਹ ਸੋਚਦਾ ਰਿਹਾ, ਅਤੇ ਦੁਬਾਰੇ ਤੁਹਾਨੂੰ ਪੜ੍ਹਨੀਆਂ ਮੁਸ਼ਕਲ ਹੋ ਜਾਣਗੀਆਂ ਯਾਰ, ਮੈਂ ਇਹੋ ਜਿਹੇ ਖਿਆਲਾਂ ਦਾ ਬੰਦਾ। ਸਾਡੇ ਅੰਦਰ ਸਭਨਾਂ ਦੇ ਹਰ ਚੰਦੌਰੀ ਹੈ, ਹਵਾ ਦੇ ਖਿਆਲ ਨੇ ਬਹੁਤ, ਕੋਈ ਵੀ ਨਹੀਂ ਚਾਹੁੰਦਾ ਜਿੱਥੇ ਹੈ ਉਹ ਹਜੇ ਤਾਂ ਹੈ ਹੀ ਨਹੀਂ ਨਾ ਬੰਦਾ, ਜੇ ਉਹ ਜੇ ਹੈ ਉਹ ਹਜੇ ਸਮਝਦਾ ਨਹੀਂ, ਇਹ ਪਤਾ ਨਹੀਂ ਕਿਹੜੇ ਖਿਆਲਾਂ 'ਚ ਗੁਆਚਿਆ ਰਹਿੰਦਾ। ਸਭਨਾਂ ਦੇ ਅੰਦਰ ਸ਼ੇਖ ਚਿੱਲੀ, ਉਹਨੂੰ ਹਰ ਚੰਦੌਰੀ ਕਹਿੰਦੇ ਨੇ। ਮਾਇਆ ਸਾਨੂੰ ਇੱਕ ਭਰਮ 'ਚ ਪਾਈ ਰੱਖਦੀ ਹੈ। ਦੂਜੀ ਗੱਲ ਹੈ ਮਿਰਗ ਤ੍ਰਿਸ਼ਨਾ। ਮਿਰਗ ਤ੍ਰਿਸ਼ਨਾ ਕੀ ਹੁੰਦੀ ਹੈ? ਇਹ ਗੱਲ ਯਾਦ ਰੱਖਿਓ, ਦੋ ਚੀਜ਼ਾਂ ਦੀ ਬੜੀ ਸੋਹਪਣ ਮੰਨੀ ਗਈ ਹੈ, ਇੱਕ ਨੱਕ ਦੀ ਅਤੇ ਇੱਕ ਅੱਖ ਦੀ। ਮਿਰਗ ਦੇ ਕੋਲ ਦੋਵੇਂ ਵਧੀਆ ਨੇ, ਉਹਦਾ ਨੱਕ ਏਡਾ ਤਿੱਖਾ ਹੈ ਸੁਗੰਧੀ ਪਛਾਣ ਲੈਂਦਾ, ਮਿਰਗ ਪਛਾਣਦਾ ਸੁਗੰਧੀ ਨੂੰ, ਕਸਤੂਰੀ ਨੂੰ ਮਿਰਗ ਪਛਾਣ ਲੈਂਦਾ ਸੁੰਘ ਕੇ, ਅਤੇ ਦੂਜੀਆਂ ਉਹਦੀਆਂ ਅੱਖਾਂ ਕਿੱਡੀਆਂ ਸੋਹਣੀਆਂ ਨੇ। ਮਿਰਗ ਨੈਣੀ ਗੁਰਬਾਣੀ ਵਿੱਚ ਜ਼ਿਕਰ ਆਇਆ, ਸੁਣ ਮੁੰਦੇ ਹਰਨਾਖੀਏ, ਹਰਨਾਖੀ ਦਾ ਅਰਥ ਹੁੰਦਾ ਹਰਨਾਂ ਦੀ ਅੱਖ ਵਰਗੀਏ, ਤੇਰੀ ਅੱਖ ਹਰਨ ਦੀ ਅੱਖ ਵਰਗੀ ਹੈ, ਸੌਂਪਣ ਵਾਲੀ ਹੈ। ਪਰ ਦੋਵੇਂ ਚੀਜ਼ਾਂ ਤੋਂ ਧੋਖਾ ਖਾ ਜਾਂਦਾ, ਉਹਦਾ ਨੱਕ ਵੀ ਵਧੀਆ ਉਹਦੀ ਅੱਖ ਵੀ ਵਧੀਆ, ਪਰ ਧੋਖਾ ਦੋਨੇ ਚੀਜ਼ਾਂ ਤੋਂ ਖਾਂਦਾ। ਨੱਕ ਤੋਂ ਧੋਖਾ ਖਾਂਦਾ, ਸੁਗੰਧੀ ਤਾਂ ਲੈਂਦਾ, ਕਮਲਾ ਬਾਹਰ ਉੱਠ ਉੱਠ ਕੇ ਭੱਜੀ ਜਾਂਦਾ ਵੀ ਸ਼ਾਇਦ ਜਿੱਧਰੋਂ ਹਵਾ ਆਈ ਹੈ ਇਹ ਕਸਤੂਰੀ ਇੱਧਰ ਹੋਏਗੀ, ਇੰਨਾ ਨਹੀਂ ਪਛਾਣਦਾ ਵੀ ਕਸਤੂਰੀ ਤਾਂ ਮੇਰੀ ਅੰਦਰ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਦੂਜੇ ਪਾਸੇ ਉਹਦੇ ਨੈਣ ਇੰਨੇ, ਨੇਤਰ ਏਡੇ ਸੋਹਣੇ ਨੇ, ਅਤੇ ਅੱਖਾਂ ਤੋਂ ਧੋਖਾ ਬੜਾ ਖਾਂਦਾ। ਜਦੋਂ ਕਦੇ ਝਾਤ ਮਾਰ ਕੇ ਦੇਖਦਾ ਰੇਗਤ ਸਥਾਨ ਵਿੱਚ ਜਿੱਥੇ ਰੇਤ ਬਹੁਤਾ ਹੁੰਦਾ, ਅਤੇ ਉੱਥੇ ਝਾਤ ਮਾਰ ਕੇ ਦੇਖਦਾ ਵੀ ਪਾਣੀ ਦੀ ਪਿਆਸ ਲੱਗਦੀ ਹੈ, ਪਾਣੀ ਕਿੱਥੇ ਮਿਲੇਗਾ, ਦੂਰ 'ਤੇ ਗਰਮੀ ਦੀਆਂ ਲਹਿਰਾਂ ਉੱਠਦੀਆਂ ਨੇ, ਦੇਖੀਆਂ ਹੋਣਗੀਆਂ ਮੇਰੇ ਵਰਗੇ ਉੱਭਰਨ ਵਾਲਿਆਂ ਨੇ, ਉਹ ਗਰਮੀ ਦੀਆਂ ਲਹਿਰਾਂ ਉੱਠਦੀਆਂ ਨੇ, ਉਹਨੂੰ ਪਾਣੀ ਦੀ ਲਿਸ਼ਕ ਸਮਝ ਕੇ ਭੱਜ ਲੈਂਦਾ, ਬਹੁਤ ਭੱਜਦਾ ਬਹੁਤ ਭੱਜਦਾ, ਅਤੇ ਉੱਥੇ ਜਾ ਕੇ ਫਿਰ ਖਲੋ ਕੇ ਦੇਖਣ ਲੱਗ ਪੈਂਦਾ ਵੀ ਮੈਂ ਇੰਨਾ ਭੱਜ ਕੇ ਆਇਆ ਅਤੇ ਹੁਣ ਤਾਂ ਪਾਣੀ ਤੱਕ ਪਹੁੰਚਣਾ ਚਾਹੀਦਾ ਸੀ। ਫਿਰ ਉੱਥੇ ਖਲੋ ਕੇ ਵੇਖਦਾ ਪਾਣੀ ਦੀਆਂ ਲਹਿਰਾਂ, ਉਹਨੂੰ ਗਰਮੀ ਦੀਆਂ ਲਹਿਰਾਂ ਹੋਰ ਦੂਰ ਦਿਸਦੀਆਂ ਨੇ, ਫਿਰ ਉੱਧਰ ਨੂੰ ਭੱਜ ਲੈਂਦਾ, ਉਹ ਸਮਝਦਾ ਹੀ ਨਹੀਂ ਵੀ ਮੈਂ ਕਿੰਨਾ ਭੱਜ ਕੇ ਆ ਗਿਆ, ਆਪਣੀ ਜ਼ਿੰਦਗੀ ਅੰਤ ਕਰ ਲੈਂਦਾ। ਅਸੀਂ ਸਾਡੀ ਜਿਹੜੀ ਜੀਵਨ ਦੀ ਕਹਾਣੀ ਆ ਨਾ, ਮਿਰਗ ਤ੍ਰਿਸ਼ਨਾ ਵਰਗੀ ਹੋਈ ਹੈ। ਅਸੀਂ ਪਹਿਲਾਂ ਖਲੋ ਕੇ ਵੇਖਦੇ ਹਾਂ, ਮੇਰੇ ਖਿਆਲ ਮੇਰੇ ਵਰਗੀ ਕਹਾਣੀ ਸਾਰਿਆਂ ਦੀ ਹੋਣੀ ਹੈ। ਪਹਿਲਾਂ ਸੋਚਿਆ ਕਰਦੇ ਸਨ ਰੱਬਾ ਕਿਤੇ 10,000 ਰੁਪਈਆ ਹੋ ਜਾਏ ਨਾ ਤਾਂ ਫਿਰ ਤਾਂ ਸੁੱਖ ਦੇ ਆਰਾਮ ਦੀ ਰੋਟੀ ਖਾਵਾਂਗੇ। ਕਈ ਮੇਰੇ ਵਰਗੇ ਚਾਹਤ ਲੈ ਕੇ ਆਏ ਹੋਣਗੇ ਵੀ 50,000 ਰੁਪਈਆ ਹੋ ਜਾਏ ਜਾਂ 1,00,000 ਹੋ ਜਾਏ ਜਾਂ 10,00,000 ਹੋ, ਇਤਿਹਾਦਕ ਜ਼ਿੰਦਗੀ ਲੰਘੇ 10,00,000 ਨਹੀਂ ਪੂਰਾ ਹੋਇਆ, ਜ਼ਿੰਦਗੀ ਲੰਘੇ 10,00,000 ਨਹੀਂ ਪੂਰਾ ਹੋਇਆ। ਜਿੰਨਾ ਭੱਜਦੇ ਹਾਂ ਭੱਜ ਕੇ ਫਿਰ ਵੇਖਦੇ ਹਾਂ ਵੀ ਹੁਣ ਪਾਣੀ ਦਿਸੇਗਾ, ਪਿਆਸ ਬੁੱਝ ਜਾਏਗੀ, ਉਹ ਅੱਗੇ ਹੋਰ ਦਿਸਦਾ, ਨਹੀਂ ਨਹੀਂ ਇਹਦੇ ਨਾਲ ਕੀ ਕਰਨਾ, ਹਜੇ ਤਾਂ ਕਰੋੜਾਂ ਚਾਹੀਦੇ ਨੇ, ਉੱਧਰ ਨੂੰ ਭੱਜ ਲੈਂਦਾ। ਫਿਰ ਕਰੋੜਾਂ 'ਤੇ ਜਾ ਕੇ ਦੇਖਦਾ ਵੀ ਹੁਣ ਬੜਾ ਭੱਜ ਕੇ ਆ ਗਿਆ, ਹੁਣ ਸੁੱਖ ਹੋਏਗਾ, ਫਿਰ ਕਰੋੜਾਂ 'ਚੋਂ ਅਰਬਾਂ ਵੱਲ ਨੂੰ ਭੱਜ ਲੈਂਦਾ। ਫਿਰ ਜਾ ਕੇ ਦੇਖਦਾ ਵੀ ਹੁਣ ਤਾਂ ਬਹੁਤ ਕੁਝ ਹੈ, ਘਰ 'ਚ ਰੱਖਣ ਜੋਗੀ ਥਾਂ ਵੀ ਨਹੀਂ, ਹੁਣ ਤਾਂ ਸੁਖੀ ਹੋਏਗਾ। ਫਿਰ ਕਹਿੰਦਾ ਇਹ ਕਾਹਦਾ ਸੁਖੀ ਹੋਇਆ, ਤੂੰ ਅੰਬਾਨੀ ਬਣ, ਤੇਰਾ ਨਾਂ ਆਵੇ ਅਖਬਾਰਾਂ 'ਚ, ਤੂੰ ਏਡਾ ਅਮੀਰ ਹੈ, ਹੁਣ ਉਹ ਭੱਜ ਲਿਆ। ਕਹਿੰਦੇ ਮਿਰਗ ਤ੍ਰਿਸ਼ਨਾ ਵਾਂਗੂ ਭਟਕਦਾ ਫਿਰਦਾ, ਨਹੀਂ ਤਾਂ ਕਰਕੇ ਨਹੀਂ। ਧਰਮ ਛਾਇਆ ਇੱਕ ਤੀਜੀ ਉਦਾਹਰਣ ਦਿੱਤੀ ਹੈ। ਧਰਮ ਛਾਇਆ ਦਾ ਅਰਥ ਹੁੰਦਾ, ਧਰਮ ਦਾ ਮਤਲਬ ਹੁੰਦਾ ਦਰੱਖਤ। ਕਹਿੰਦੇ ਦਰੱਖਤ ਦੀ ਛਾਂ ਵਾਂਗੂ ਨਾ, ਮਾਇਆ ਇਹਦੇ ਕੋਲ ਟਿਕਦੀ ਨਹੀਂ ਹੈ, ਦਰੱਖਤ ਦੀ ਛਾਂ ਦੇਖਣਾ, ਦਰੱਖਤ ਸਥਿਰ ਹੈ, ਦਰੱਖਤ ਇੱਕ ਜਗ੍ਹਾ 'ਤੇ ਖਲੋਤਾ ਹੈ,
ਪਰ ਉਹਦੀ ਸ਼ਾਂ ਸਵੇਰੇ ਕਿਧਰੇ ਹੁੰਦੀ ਹੈ, ਸ਼ਾਮ ਨੂੰ ਕਿਧਰੇ ਹੁੰਦੀ, ਦੁਪਹਿਰ ਨੂੰ ਕਿਧਰੇ ਹੁੰਦੀ, ਸ਼ਾਂ ਘੁੰਮਦੀ ਹੈ। ਪਿਆਰ ਵਾਲਿਓ, ਜਿਹੜਾ ਦਾਤਾਂ ਦੇਣ ਵਾਲਾ ਰੱਬ ਰੂਪ ਦਰਖਤ ਹੈ ਉਹ ਤਾਂ ਖੜਾ ਹੀ ਹੈ। ਜਿਹੜੀ ਦੁਨੀਆ ਭੱਜੀ ਫਿਰਦੀ ਉਹ ਬਸ ਸ਼ਾਂ ਚ ਹੀ ਭੱਜੀ ਫਿਰਦੀ ਹੈ। ਜਿੱਧਰ ਨੂੰ ਛਾਂ ਜਾਂਦੀ ਬੰਦਾ ਉੱਧਰ ਨੂੰ ਮੰਜੀ ਖਿੱਚ ਕੇ ਬੈਠ ਜਾਂਦਾ ਵੀ ਇੱਥੇ ਸ਼ਾਇਦ ਸੁੱਖ ਮਿਲੇ। ਉਹ ਘੜੀ ਪਲ ਬੀਤਦਾ ਛਾਂ ਫਿਰ ਅੱਗੇ ਪਿੱਛੇ, ਉਹ ਫਿਰ ਮੰਜੀ ਖਿੱਚਦਾ ਸ਼ਾਇਦ ਇੱਥੇ ਸੁੱਖ ਮਿਲੇ। ਅਸੀਂ ਸਾਰੀ ਜ਼ਿੰਦਗੀ ਛਾਂ ਦੀਆਂ ਮੰਜੀਆਂ ਖਿੱਚਦੇ ਹੀ ਲੰਘਾ ਦਿੰਦੇ। ਕਦੇ ਮਾਇਆ ਆਈ ਉਹ ਹੁਣ ਪੁੱਤ ਕੋਲ ਚਲੇ ਗਈ ਉਹਨੇ ਲੈ ਲਈ, ਕਦੇ ਮਾਇਆ ਆਈ ਤਲਾਕ ਹੋ ਗਿਆ ਪਤੀ ਪਤਨੀ ਦਾ ਉਹ ਲੈ ਕੇ ਚਲੇ ਗਈ। ਸਾਰੀ ਜ਼ਿੰਦਗੀ ਮੰਜੀ ਕਦੇ ਕਿਸੇ ਜਗ੍ਹਾ 'ਤੇ ਖਿੱਚ ਕੇ ਕਰ ਲੈਂਦਾ, ਕਦੇ ਕਿਸੇ ਜਗ੍ਹਾ 'ਤੇ ਕਿਤੇ ਦਰਖਤ ਨਾਲ ਜੁੜ ਜਾਂਦਾ ਨਾ। ਯਾਦ ਰੱਖਿਓ, ਅੱਜ ਤੱਕ ਕਦੇ ਛਾਂ ਦੇ ਵਿੱਚ ਦਿਸਦਾ ਹੈ ਵੀ ਫਲ ਲੱਗਿਆ ਹੋਇਆ, ਪਰ ਕਦੇ ਛਾਂ ਦੇ ਫਲ ਨੇ ਮਨੁੱਖ ਦੀ ਭੁੱਖ ਨਹੀਂ ਮਿਟਾਈ। ਜਿਹੜੀ ਭੁੱਖ ਮਿਟਾਉਣੀ ਕਮਲਿਆ, ਉਹ ਦਰਖਤ ਦੇ ਲੱਗੇ ਹੋਏ ਉਸ ਨੇ ਮਿਟਾਉਣੀ ਹੈ। ਇਹ ਤਾਂ ਛਾਂ ਹੈ ਦਰਖਤ ਦੀ। ਹਜ਼ੂਰ ਨੇ ਕਿੱਡੇ ਪਿਆਰੇ ਬਚਨ ਆਖੇ ਨੇ, ਕਹਿੰਦੇ ਮਨੁੱਖ ਰਸਾਂ ਕਸਾਂ ਚੋਂ ਨਿਕਲਦਾ ਕਿਉਂ ਨਹੀਂ? ਇਹ ਤਿੰਨ ਕਾਰਨ ਹਜ਼ੂਰ ਨੇ ਦੱਸੇ ਨੇ। ਨੰਬਰ ਇੱਕ ਤਾਂ ਇਹਦੇ ਅੰਦਰ ਇੱਕ ਸ਼ੇਖ ਚਲੀ ਬੈਠਾ ਹੈ। ਨੰਬਰ ਦੋ, ਇਹਦੀ ਜਿਹੜੀ ਤ੍ਰਿਸ਼ਨਾ ਹੈ ਉਹ ਮਿਰਗ ਤ੍ਰਿਸ਼ਨਾ ਵਰਗੀ ਹੈ। ਨੰਬਰ ਤਿੰਨ, ਇਹ ਦਰਖਤ ਦੀ ਛਾਂ ਦੇ ਨਾਲ ਆਪਣਾ ਸਨੇਹ ਪਾਈ ਬੈਠਾ ਹੈ, ਅਤੇ ਦਰਖਤ ਦੀ ਛਾਂ ਦੇ ਵਿੱਚੋਂ ਜਿਹੜੇ ਲੱਗੇ ਹੋਏ ਫਲ ਨੇ ਉਹਨਾਂ ਨੂੰ ਇਹ ਸਮਝਦਾ ਵੀ ਸ਼ਾਇਦ ਇਹਨਾਂ ਨੇ ਮੇਰੀ ਭੁੱਖ ਮਿਟਾ ਲੈਣੀ। ਚੰਚਲ ਸੰਗ ਨਾ ਚਾਲਤੀ ਸਖੀਏ, ਅੰਤ ਤਜ ਜਾਵਤ ਮਾਇਆ। ਇਹ ਤਾਂ ਚੰਚਲ ਬਿਰਤੀ ਦੀ ਹੈ, ਇਹ ਟਕਾ 'ਚ ਨਹੀਂ ਹੈ। ਅੱਜ ਕਿਸੇ ਦੇ ਨਾਂ 'ਤੇ ਹੈ, ਕੱਲ੍ਹ ਕਿਸੇ ਦੇ ਨਾਂ 'ਤੇ, ਸਿਰਫ ਨਾਂ ਹੀ ਬਦਲਦੀ ਹੈ, ਹਾਥੀ ਬਦਲਦੀ ਹੈ ਬਸ ਮਾਇਆ। ਇਹ ਚੰਚਲ ਬਿਰਤੀ ਦੀ ਹੈ, ਇਹ ਅੰਤ ਨੂੰ ਕਿਸੇ ਦੇ ਸਹਾਈ ਨਹੀਂ ਹੁੰਦੀ। ਇਹਦਾ ਮਤਲਬ ਇਹ ਨਾ ਸਮਝਿਓ ਵੀ ਮਾਇਆ ਤਿਆਗ, ਬਿਲਕੁਲ ਨਹੀਂ ਤਿਆਗਣੀ ਚਾਹੀਦੀ। ਇਹ ਗਲਤ ਅਸੀਂ ਅੱਜ ਤੱਕ ਇਹ ਚਰਚਾ ਕਰਦੇ ਰਹੇ। ਮਾਇਆ ਰੱਜ ਕੇ ਕਮਾਓ, ਰੱਜ ਕੇ ਤੁਹਾਡੇ ਕੋਲ ਹੋਵੇ, ਪਰ ਚਿੱਤ ਮਾਇਆ ਵਿੱਚ ਨਾ ਲੱਗਿਆ ਹੋਵੇ, ਚਿੱਤ ਮਾਲਕ ਨਾਲ ਲੱਗਿਆ ਹੋਵੇ। ਚਿੱਤ ਇਹ ਕਹਿੰਦਾ ਹੋਵੇ ਵੀ ਦਾਤਾ ਜੀ ਇਹ ਤਾਂ ਤੇਰੀਆਂ ਦਿੱਤੀਆਂ ਦਾਤਾਂ ਨੇ। ਚਿੱਤ ਇਹ ਨਾ ਕਹਿੰਦਾ ਹੋਵੇ ਵੀ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚਿੱਤ ਨਾ ਆਵੀ ਨਾਨਕ ਨਹੀਂ ਕਰਮ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਚਨ ਸਮਝਾਏ ਨੇ। ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੂਖ ਨਾ ਪਾਇਆ। ਰਸ ਭੋਗਣ ਵਿੱਚ, ਰੂਪ ਰੰਗ ਵਿੱਚ ਮਸਤ ਹੋ ਕੇ ਮੈਂ ਆਪਣੇ ਰੂਪ ਰੰਗ ਦਾ ਪ੍ਰਗਟਾਵਾ ਕਰ ਸਕਾਂ। ਇੱਕ ਦੇਖਣ ਵਾਲੇ, ਇੱਕ ਦਿਖਾਉਣ ਵਾਲੇ, ਇਹ ਦੋਏ ਦੋਵੇਂ ਮਸਤ ਨੇ, ਹੈ ਦੋਵੇਂ ਵਿਕਾਰਾਂ ਦੇ ਰੂਪ 'ਚ ਡੁੱਬੇ ਹੋਏ। ਦੇਖੋ ਗੁਰਬਾਣੀ ਵਿੱਚੋਂ ਸਾਨੂੰ ਬੜੀ ਸੇਧ ਮਿਲਦੀ ਹੈ, ਜ਼ਿੰਦਗੀ ਦਾ ਕੋਈ ਪੱਖ ਨਹੀਂ ਜਿਹਦੇ ਵਿੱਚ ਨਾ ਸਮਝਾਇਆ ਹੋਵੇ। ਕਬੀਰ ਸ਼ਬਦ ਇੱਕ ਬਚਨ ਬੜਾ ਪਿਆਰਾ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਹਰ ਚੇਰੀ ਕਿਉਂ ਮਾਨ। ਕਹਿੰਦੇ ਹੈਰਾਨੀ ਦੀ ਗੱਲ ਹੈ, ਜਿਹਨੇ ਕਦੇ ਸਵਾਰ ਕੇ ਕੇਸ ਵੀ ਨਹੀਂ ਪਾਏ, ਸਿੰਪਲ ਜਿਹਾ ਜੀਵਨ ਉਹਦਾ, ਅਤੇ ਉਹਨੂੰ ਬੜਾ ਸਤਿਕਾਰ ਹੈ ਧਰਮ ਦੀ ਦੁਨੀਆ ਦੇ ਵਿੱਚ। ਦੂਜੇ ਪਾਸੇ ਰਾਜੇ ਦੀ ਰਾਣੀ, ਹਿੰਦੂ ਧਰਮ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਰਾਜੇ ਦੀ ਰਾਣੀ ਨੂੰ ਆਮ ਮਨੁੱਖ ਜਿਹੜੇ ਨੇ ਉਹ ਮਾਂ ਵਰਗਾ ਸਤਿਕਾਰ ਦੇਣ, ਭਾਵ ਉਹਨੂੰ ਇੰਨਾ ਸਤਿਕਾਰ ਮਿਲਣਾ ਚਾਹੀਦਾ, ਪਰ ਉਹਨੂੰ ਨਹੀਂ ਕੋਈ ਸਤਿਕਾਰ ਦਿੰਦਾ। ਰਾਣੀ ਦਾ ਕਿੱਡਾ ਹੀ ਮਹੱਲ ਹੋਵੇ, ਕੋਈ ਨਹੀਂ ਉਹਨੂੰ ਦੇਖਣ ਚਲਾ ਜਾਏਗਾ ਬੰਦਾ, ਪਰ ਕਿਸੇ ਰੱਬ ਦੀ ਭਗਤੀ ਕਰਨ ਵਾਲੀ, ਰੱਬ ਦੇ ਪਿਆਰ ਵਿੱਚ ਜੁੜਨ ਵਾਲੀ ਕੋਈ ਹੋਵੇ, ਅਤੇ ਉਹਦੇ ਥਾਂ ਉਹਦੀਆਂ ਝੁੱਗੀਆਂ ਨੂੰ ਦੇਖਣ ਨਹੀਂ ਜਾਂਦਾ, ਉਹਦੀ ਝੁੱਗੀ ਨੂੰ ਨਮਸਕਾਰ ਕਰਨ ਜਾਂਦਾ ਬੰਦਾ, ਉਹਨੂੰ ਕਿਹ ਸਤਿਕਾਰ ਹੈ। ਹੁਣ ਜਵਾਬ ਦਿੱਤਾ ਕਬੀਰ ਸਾਹਿਬ ਨੇ ਹੀ ਇਹੋ ਜਿਹੇ ਸਵਾਲ ਕਰਕੇ, ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਉਹ ਮਾਂਗ ਸਵਾਰੇ ਬਿਖੈ ਕੋ, ਉਹ ਸਿਮਰੈ ਹਰ ਨਾਮ। ਇੱਕ ਨੇ ਆਪਣੇ ਕੇਸ ਸਵਾਰ ਲਏ ਅਤੇ ਇੱਕ ਨੇ ਆਪਣਾ ਜੀਵਨ ਸਵਾਰ ਲਿਆ, ਦੋਨਾਂ 'ਚ ਅੰਤਰ ਤਾਂ ਹੈ ਹੀ ਹੈ ਨਾ।
ਕਹਿੰਦੇ ਰਾਣੀ ਜਦੋਂ ਵੀ ਕੰਘਾ ਚੁੱਕਦੀ ਹੈ ਇਸੇ ਭਾਵਨਾ ਵਿੱਚ ਕੰਘਾ ਚੁੱਕਦੀ ਹੈ, ਇਸੇ ਭਾਵਨਾ ਵਿੱਚ ਆਪਣਾ ਹਾਰ ਸ਼ਿੰਗਾਰ ਕਰਦੀ ਹੈ। ਮੈਂ ਲੋਕਾਂ ਨੂੰ ਆਪਣਾ ਰੂਪ ਦਿਖਾ ਕੇ ਪ੍ਰਭਾਵਿਤ ਕਰ ਲਵਾਂ। ਕਹਿਣ ਲੱਗੇ ਮਨ ਵਿਕਾਰ ਆਈ ਭੁੱਜਿਆ ਹੀ ਪਿਆ। ਜਿਹੜੀ ਰੱਬ ਦੀ ਪਿਆਰ ਵਾਲੀ ਹੈ ਉਹਨੇ ਆਪਣਾ ਜੀਵਨ ਸੁਧਾਰ ਲਿਆ। ਉਹਦੇ ਵੱਲ ਵੇਖ ਕੇ ਸਭ ਨੂੰ ਇਹ ਸੋਝੀ ਮਿਲਦੀ ਹੈ ਵੀ ਸਾਨੂੰ ਆਪਣਾ ਜੀਵਨ ਸੁਧਾਰਨਾ ਚਾਹੀਦਾ। ਹਜ਼ੂਰ ਜੀ ਆਖਦੇ ਨੇ, ਕਹਿੰਦੇ ਇਨ ਸੰਗ ਸੁੱਖ ਨਾ ਪਾਇਆ, ਇਹਨਾਂ ਵਿੱਚ ਜੁੜ ਕੇ ਸੁੱਖ ਨਹੀਂ ਮਿਲਣਾ। ਭਟਕਣਾ ਮਿਲ ਸਕਦੀ ਹੈ, ਜੀਵਨ ਦੀ ਭਟਕਣਾ ਮਿਲ ਸਕਦੀ ਹੈ, ਸੁੱਖ ਨਹੀਂ ਮਿਲਦਾ। ਧਨ ਧਨ ਹਰ ਸਾਧ ਜਨ ਸਖੀਏ, ਨਾਨਕ ਜਿਨੀ ਨਾਮ ਤੇ ਆਇਆ। ਉਹ ਧਨ ਨੇ ਲੋਕ, ਉਹ ਧਨ ਨੇ ਪਿਆਰ ਵਾਲੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ। ਜਾਏ ਬਸੋ ਬਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਇਹ ਵੱਡੇ ਭਾਗਾਂ ਵਾਲੀ ਇਸਤਰੀਏ, ਮੇਰੀਏ ਸਖੀਏ, ਭੈਣੇ ਸਹੇਲੀਏ, ਜਾ ਕੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ, ਉੱਥੇ ਤੈਨੂੰ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਤੈਂ ਦੁੱਖ ਨਾ ਭੂਖ ਨਾ ਰੋਗ ਬਿਆਪੈ, ਚਰਨ ਕਮਲ ਲਿਵ ਲਾਈਐ। ਉੱਥੇ ਨਾ ਤਾਂ ਦੁੱਖ ਵਿਆਪਦਾ, ਨਾ ਹੀ ਵਿਸ਼ੇ ਵਿਕਾਰਾਂ ਦੀ ਭੁੱਖ ਵਿਆਪਦੀ ਹੈ, ਨਾ ਹੀ ਉੱਥੇ ਕਿਸੇ ਕਿਸਮ ਦੇ ਰੋਗ ਵਿਆਪਦੇ ਨੇ। ਅਤੇ ਉੱਥੇ ਗੁਰੂ ਦੇ ਉਪਦੇਸ਼ ਨਾਲ, ਚਰਨ ਕਮਲ ਦਾ ਅਰਥ ਹੁੰਦਾ ਗੁਰੂ ਦਾ ਉਪਦੇਸ਼, ਉਹਦੇ ਨਾਲ ਆਪਣਾ ਚਿੱਤ ਜੋੜ ਕੇ ਮਨੁੱਖ ਸੁੱਖਾਂ ਵਾਲਾ ਜੀਵਨ ਗੁਜ਼ਾਰਦਾ। ਇਹ ਦਾਤਾਂ ਸਾਨੂੰ ਮਿਲਦੀਆਂ ਨੇ। ਤੈਂ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸ਼ਰਣੀ ਪਾਈ ਹੈ। ਨਿਹਚਲ ਦਾ ਮਤਲਬ ਹੁੰਦਾ ਨੇਹ ਚੱਲ, ਜਿਹੜੀ ਚੱਲਦੀ ਨਹੀਂ ਹੈ, ਭਟਕਦੀ ਨਹੀਂ ਹੈ। ਅਸੀਂ ਮਾਲਕ ਦੀ ਉਹ ਸ਼ਰਨ ਵਿੱਚ ਆ ਜਾਂਦੇ ਹਾਂ ਜਿੱਥੇ ਨਾ ਤਾਂ ਜਨਮ ਦੀ ਚਿੰਤਾ ਹੈ ਨਾ ਮਰਨ ਦੀ ਚਿੰਤਾ ਹੈ। ਇਹ ਪਤਾ ਲੱਗ ਗਿਆ ਵੀ ਮੈਨੂੰ ਮਾਲਕ ਪ੍ਰਤਪਾਲਣਾ ਕਰਦਾ, ਉਹ ਆਪੇ ਬਚਾਏਗਾ, ਆਪੇ ਕਿਰਪਾ ਕਰੇਗਾ। ਮੈਂ ਤਾਂ ਉਹਦੀ ਸ਼ਰਨ ਵਿੱਚ ਪੈ ਜਾਂ, ਬਸ ਮੈਂ ਉਹਦੇ ਚਰਨਾਂ 'ਚ ਪੈ ਜਾਂ। ਤੈਂ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸ਼ਰਣੀ ਪਾਈ ਹੈ। ਪ੍ਰੇਮ ਵਿਛੋਹ ਨਾ ਮੋਹ ਵਿਆਪੈ, ਨਾਨਕ ਹਰ ਏਕ ਧਿਆਈ ਹੈ। ਉਹ ਮਨੁੱਖ ਦੇ ਜੀਵਨ ਵਿੱਚ ਕਦੇ ਵਿਛੋੜਾ ਨਹੀਂ ਆਉਂਦਾ, ਉਹਨੂੰ ਕਦੇ ਮੋਹ ਨਹੀਂ ਵਿਆਪਦਾ, ਉਹਨੂੰ ਕਦੇ ਵਿਕਾਰੀ ਰਸ ਆਪਣੇ ਵਾਲੇ ਪਾਸੇ ਪ੍ਰਭਾਵਿਤ ਨਹੀਂ ਕਰਦੇ, ਜਿਹੜੇ ਗੁਰੂ ਚਰਨਾਂ ਵਿੱਚ ਜੁੜ ਕੇ ਏਕ ਧਿਆਈ ਹੈ। ਬੜੇ ਧਿਆਨ ਨਾਲ ਸੁਣੋ ਇਸ ਗੱਲ ਨੂੰ। ਤੁਹਾਡੇ 'ਚੋਂ ਮੇਰਾ ਖਿਆਲ ਹੈ ਦਰਬਾਰ ਸਾਹਿਬ ਤਾਂ ਬਹੁਤੇ ਸਤਸੰਗੀ ਗਏ ਹੋਣਗੇ। ਜਿਹੜਾ ਅੱਜ ਦਾ ਇੰਜੀਨੀਅਰ ਬੰਦਾ ਹੈ ਨਾ, ਉਹ ਆਪਣੇ ਦਿਮਾਗ ਨਾਲ ਇਹ ਗੱਲ ਸੋਚ ਸਕਦਾ ਹੈ ਭਈ ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਬਣਾਇਆ ਸੀ, ਉਹਨਾਂ ਇਹ ਕਿਉਂ ਨਾ ਕੀਤਾ ਵੀ ਇੱਕ ਪੁਲ 'ਤੇ ਸੰਗਤ ਆਉਂਦੀ, ਦੂਜੇ ਪੁਲ 'ਤੇ ਸੰਗਤ ਚਲੇ ਜਾਂਦੀ। ਹੁਣ ਇੱਕੋ ਹੀ ਪੁਲ 'ਤੇ ਇੰਨਾ ਰਸ਼ ਰਹਿੰਦਾ। ਆਮ ਇੰਜੀਨੀਅਰ ਦੀ ਸੋਚ ਜਿਹੜੀ ਹੈ ਉਹ ਇਹ ਸੋਚ ਸਕਦੀ ਹੈ, ਪਰ ਜਦੋਂ ਤੁਸੀਂ ਗੁਰੂ ਕੋਲ ਬੈਠ ਕੇ ਤਾਂ ਜਵਾਬ ਮੰਗੋਗੇ ਨਾ ਤਾਂ ਜਵਾਬ ਬੜਾ ਵਧੀਆ ਮਿਲਦਾ। ਗੁਰੂ ਜੀ ਕਹਿੰਦੇ ਨਹੀਂ, ਜਦਕਿ ਦਰਬਾਰ ਸਾਹਿਬ ਦੀ ਕਿਹੋ ਜਿਹੀ ਵਿਲੱਖਣ ਹੈ ਨਾ, ਪਿੱਛੇ ਬੁਲਾ ਕੇ ਵੀ ਬੜੇ ਵੱਡੇ ਵੱਡੇ ਮਹਾਰ ਲੋਕਾਂ ਨੂੰ ਦਿਖਾਇਆ ਸੀ, ਕਿਉਂਕਿ ਦੁਨੀਆ ਭਰ 'ਚ ਜਿਹੜੀ ਇੱਟ ਹੈ ਨਾ, ਤੁਸੀਂ ਖਿਆਲ ਕਰਿਓ ਕਦੇ ਉਹ ਜਿਹੜੀ ਪੁਰਾਣੀ ਇੱਟ ਹੁੰਦੀ ਸੀ ਉਹ 3 ਇੰਚ ਚੌੜੀ, 1 ਇੰਚ ਮੋਟੀ ਅਤੇ 6 ਇੰਚ ਲੰਮੀ ਹੁੰਦੀ ਸੀ। ਇਕੱਲੇ ਦਰਬਾਰ ਸਾਹਿਬ ਦੇ ਅੰਦਰ 9 ਇੰਚ ਇੱਟ ਮੋਟੀ ਲੰਮੀ ਹੈ, 3 ਇੰਚ ਚੌੜੀ, 1 ਇੰਚ ਮੋਟੀ ਹੈ। ਗੁਰੂ ਅਰਜਨ ਪਾਤਸ਼ਾਹ ਨੇ ਉਹ ਤਾਂ ਵੱਖਰੀ ਕਿਸਮ ਦੀ ਬਣਾਈ ਸੀ ਵੀ ਬਾਏ ਚਾਂਸ 1 ਇੱਟ ਕਿਤੋਂ ਨਿਕਲ ਵੀ ਜਾਵੇ ਤਾਂ ਬਾਕੀ ਇੱਟਾਂ ਨਹੀਂ ਡਿੱਗਣਗੀਆਂ। ਔਰ ਮਾਹਰਾਂ ਨੂੰ ਬੁਲਾ ਕੇ ਪੁੱਛਿਆ ਸੀ ਬਈ ਇਹ ਇੰਨਾ ਲੰਮਾ ਸਮਾਂ ਹੋ ਗਿਆ ਪਾਣੀ ਵਿੱਚ ਇਹਨਾਂ ਇੱਟਾਂ ਨੂੰ, ਇਹਨਾਂ ਚੂਨੇ ਨੂੰ, ਅਤੇ ਕਿਤੇ ਕੋਈ ਨੁਕਸਾਨ ਨਾ ਹੋਇਆ ਹੋਵੇ। ਤਾਂ ਉਹਦਾ ਜਵਾਬ ਮਿਲਿਆ ਸੀ ਵੀ ਇਹ ਜਿੰਨਾ ਚਿਰ ਪਾਣੀ ਵਿੱਚ ਡੁੱਬੀਆਂ ਰਹਿਣਗੀਆਂ ਇਹਨਾਂ ਦਾ ਕੁਝ ਵੀ ਨਹੀਂ ਵਿਗੜਨਾ। ਪਤਾ ਨਹੀਂ ਰੱਬ ਜਾਣੇ ਗੁਰੂ ਸਾਹਿਬ ਨੇ ਉਹ ਕਿਸ ਢੰਗ ਦੀਆਂ ਬਣਾਈਆਂ ਨੇ। ਮੈਂ ਸਿਰਫ ਬੇਨਤੀ ਕਰ ਰਿਹਾ ਸਾਂ
ਉਹ ਤਾਂ ਇੱਕ ਪੁਲ ਹੈ, ਗੁਰੂ ਜੀ ਨੇ ਬਚਨ ਆਖੇ ਵੀ ਇੱਥੇ ਬੈਠੇ ਤਾਂ ਅੰਦਰ 35 ਨੇ, ਕੋਈ ਨਮਾਜ਼ਾਂ ਦੀ ਗੱਲ ਕਰਦਾ, ਕੋਈ ਆਰਤੀਆਂ ਦੀ ਗੱਲ ਕਰਦਾ, ਕੋਈ ਕਿਸੇ ਤਰ੍ਹਾਂ ਦੀ ਪੂਜਾ ਦੀ ਗੱਲ ਕਰਦਾ, ਪਰ ਪੁਲ ਇੱਕ ਦਾ ਤਾਂ ਹੈ ਕਿਉਂਕਿ ਅੱਗੇ ਇੱਕ ਓਅੰਕਾਰ ਹੈ, ਸਾਰੇ ਮਨ ਦੇ ਇੱਕ ਓਅੰਕਾਰ ਨੂੰ ਨੇ, ਸਾਰੇ ਮਨ ਦੇ ਇੱਕ ਪਰਮੇਸ਼ਰ ਨੂੰ ਨੇ। ਹੁਣ ਕੋਈ ਆਰਤੀਆਂ ਕਰਨ ਵਾਲਾ ਇਹ ਕਵੇ ਵੀ ਮੈਂ ਤਾਂ ਅੰਦਰ ਥਾਲ ਲੈ ਕੇ ਘੁਮਾਉਣੇ ਨੇ, ਨਹੀਂ, ਕੋਈ ਅੰਦਰ ਨਮਾਜ਼ਾਂ ਪੜ੍ਹਨ ਵਾਲਾ ਕਵੇ ਚੱਕੋ ਗੁਰੂ ਗ੍ਰੰਥ ਸਾਹਿਬ ਨੂੰ, ਮੈਂ ਤਾਂ ਇੱਥੇ ਨਮਾਜ਼ ਪੜ੍ਹਨੀ ਹੈ। ਸਾਡੀ ਗੱਲ ਨਮਾਜ਼ਾਂ ਨਾਲ ਨਹੀਂ, ਸਾਡੀ ਤਾਂ ਗੱਲ ਇਹ ਜਿਹਦੀਆਂ ਨਮਾਜ਼ਾਂ ਪੜ੍ਹਦਾ ਅਸੀਂ ਉਹਨੂੰ ਇੱਕ ਕਹਿੰਦੇ, ਤੂੰ ਜਿਹਦੀਆਂ ਆਰਤੀਆਂ ਕਰਦਾ ਅਸੀਂ ਉਹਨੂੰ ਇੱਕ ਕਹਿੰਦੇ ਹਾਂ, ਤਾਂ ਇੱਕ ਪੁਲ ਹੈ ਵੀ ਗੱਲ ਇੱਕ ਦੀ ਚੱਲਣੀ ਹੈ। ਸ਼ਿਵ ਜੀ ਆਖਦੇ ਨੇ ਇੱਕ ਨਾਲ ਧਿਆਈਏ, ਮੈਂ ਅੱਜ 2-3 ਮਿੰਟ ਵਗਿਆ ਕਰ ਜਾਂਗਾ, ਸਮੇਂ ਦੀ ਮਾਫ ਕਰਨਾ। ਦ੍ਰਿਸ਼ਟ ਧਾਰ ਮਨ ਵੇਧਿਆ ਪਿਆਰੇ, ਰਤੜੇ ਸਹਿਜ ਸੁਭਾਏ। ਜਿਹਨਾਂ ਨੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਦ੍ਰਿਸ਼ਟੀ ਦੇ ਪਾਤਰ ਬਣ ਗਏ, ਮਾਲਕ ਦੀ ਰਹਿਮਤ ਦੇ ਪਾਤਰ ਬਣ ਗਏ, ਉਹਨਾਂ ਨੇ ਆਪਣਾ ਮਨ ਗੁਰੂ ਚਰਨਾਂ ਨਾਲ ਜੋੜ ਲਿਆ, ਬਿੰਨਿਆ ਗਿਆ, ਰੱਤੇ ਗਏ। ਸੇਜ ਸੁਹਾਵੀ ਸੰਗ, ਸੇਜ ਸੁਹਾਵੀ ਸੰਗ ਮਿਲ ਪ੍ਰੀਤਮ, ਆਨੰਦ ਮੰਗਲ ਗੁਣ ਗਾਏ। ਉਹਨਾਂ ਦਾ ਕਿਰਦਾ ਰੂਪੀ ਸੇਜ ਬੜੀ ਸੋਹਣੀ ਬਣ ਗਈ, ਆਪਣੇ ਪ੍ਰੀਤਮ ਨਾਲ ਜੁੜ ਗਏ ਅਤੇ ਅੰਦਰ ਇੱਕ ਰੱਬੀ ਗੀਤ ਚੱਲ ਪਿਆ। ਸਕੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇੱਛ ਪੁਜਾਏ। ਸਖੀ ਸਹੇਲੀ ਇਹ ਗੱਲ ਸੁਣ ਕੇ ਆਪਣੇ ਪਿਆਰੇ ਨਾਲ ਜੁੜ ਗਈ, ਉਹਦਾ ਮਨ ਅਤੇ ਤਨ ਦੀਆਂ ਇਛਾਵਾਂ ਪੂਰੀਆਂ ਹੋ ਗਈਆਂ। ਨਾਨਕ ਅਚਰਜ ਅਚਰਜ ਸਿਉਂ ਮਿਲਿਆ, ਕਹਿਣਾ ਕਛੂ ਨਾ ਜਾਏ। ਕਹਿੰਦੇ ਹੁਣ ਤਾਂ ਆਹ ਅਚਰਜ ਜੀਵਨ ਸੀ ਜਿਹੜਾ, ਇਹ ਅਚਰਜ ਪਰਮੇਸ਼ਰ ਵਿੱਚ ਅਭੇਦ ਹੋ ਗਿਆ। ਬਸ ਇਸ ਤੋਂ ਅੱਗੇ ਹੋਰ ਕੁਛ ਕਹਿਣ ਬਾਕੀ ਨਹੀਂ। ਜਦੋਂ ਆਤਮਾ ਪਰਮਾਤਮਾ ਵਿੱਚ ਹੀ ਮਿਲ ਜਾਏ, ਉਦੋਂ ਕਹਿਣ ਲਈ ਕੁਛ ਬਾਕੀ ਨਹੀਂ ਰਹਿ ਜਾਂਦਾ। ਆਓ ਪਿਆਰਿਓ, ਬਹੁਤ ਵਧੀਆ ਜੀਵਨ ਜੁਗਤਾਂ ਸਾਨੂੰ ਸਤਿਗੁਰੂ ਰੋਜ਼ ਸਿਖਾਉਂਦੇ ਨੇ, ਧਾਰਨ ਕਰਕੇ ਜੀਵਨ ਦਾ ਆਨੰਦ ਮਾਣੀਏ। 2-3 ਮਿੰਟਾਂ ਜੁੱਤੇ ਲੈ ਗਿਆ, ਉਸ ਗੱਲ ਦੀ ਖਿਮਾ ਮੰਗਣਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਬਾਤ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ।